ਤੁਸੀਂ ਸਬਸਕ੍ਰਾਈਬ ਕਰੋ ਇਸ MH1 ਕੰਟੀਨੀ ਮੰਡੀਰ ਦੇ ਆਫੀਸ਼ੀਅਲ YouTube ਚੈਨਲ ਨੂੰ, ਬੈਲ ਆਈਕਨ ਨੂੰ ਪ੍ਰੈਸ ਕਰਕੇ ਤੁਹਾਨੂੰ ਸਾਰੀਆਂ ਨੋਟੀਫਿਕੇਸ਼ਨਸ ਮਿਲ ਜਾ ਕਰਨਗੀਆਂ। ਸੋ ਗੋ ਐਂਡ ਸਬਸਕ੍ਰਾਈਬ। ਓ ਮੈਂਡੀ, ਗੋਲੀ ਮਾਰ ਅੰਗਰੇਜ਼ੀ ਦੇ ਪੀਰੀਅਡ ਨੂੰ, ਚੱਲ ਆ ਤੈਨੂੰ ਕੰਟੀਨੀ ਚਾਹ ਪਿਆਵਾਂ। ਸਤਿ ਸ਼੍ਰੀ ਅਕਾਲ ਜੀ, ਰਵਨੀਤ ਵੱਲੋਂ ਲੈ ਕੇ ਹਾਜ਼ਰ ਹੋ ਚੁੱਕਿਆ ਜੀ ਤੁਹਾਡੇ ਸਾਰਿਆਂ ਦਾ ਫੇਵਰੇਟ ਸ਼ੋਅ ਜਿਹਦਾ ਨਾਮ ਹੈ ਕੰਟੀਨੀ। ਸੋ ਅੱਜ ਅਸੀਂ ਆ ਪਹੁੰਚੇ ਜੀ ਸ਼ਹਿਰ ਕਰਤਾਰਪੁਰ ਦੇ ਵਿੱਚ, ਤੇ ਕਾਲਜ ਬਹੁਤ ਵਧੀਆ ਜੀ, ਨਵਾਂ ਬਣਿਆ ਕਾਲਜ, ਤੇ ਮੰਡੀਰ ਬਹੁਤ ਘੈਂਟ ਜੀ। ਕਾਲਜ ਦਾ ਨਾਮ ਮੈਂ ਤੁਹਾਨੂੰ ਦੱਸਦਾ ਜੀ, ਮਾਤਾ ਗੁਜਰੀ ਖਾਲਸਾ ਕਾਲਜ, ਜਿਹੜਾ ਕਿ ਕਰਤਾਰਪੁਰ ਦੇ ਵਿੱਚ ਪੈਂਦਾ। ਤੇ ਗੱਲਬਾਤ ਕਰਦੇ ਹਾਂ, ਵਾਲ ਬਹੁਤ ਸੋਹਣੇ ਲੱਗ ਰਹੇ ਇਹਨੂੰ ਛੇੜ ਦਾ, ਉਹੀ ਖੜੀ ਬਸ ਵਾਲਾਂ ਨੂੰ। ਹਾਂ ਵੀ ਬਸ ਹੱਸਦੀ ਹੈ ਜੀ, ਮੇਰੀ ਪਰਸੋਂ ਫਿਲਮ ਆਉਣੀ ਹੋਵੇ ਵੀ ਤੁਸੀਂ ਆਓ ਜੀ। ਤੁਮ ਹੀ ਤੁਮ ਹੋ ਤੋ ਕਿਆ ਤੁਮ ਹੋ, ਹਮ ਹੀ ਹਮ ਹੈ ਤੋ ਕਿਆ ਹਮ ਹੈ, ਵਾਹ ਵਾਹ ਤਾਂ ਕਰੋ। ਅਰੇ ਤੁਮ ਹੀ ਤੁਮ ਹੋ ਤੋ ਕਿਆ ਤੁਮ ਹੋ, ਹਮ ਹੀ ਹਮ ਹੈ ਤੋ ਕਿਆ ਹਮ ਹੈ, ਐਸਾ ਪਹਿਲਵਾਨ ਅਗਰ ਸਾਥ ਮੇਂ ਹੋ ਤੋ ਫਿਰ ਕਿਸ ਬਾਤ ਕਾ ਗਮ ਹੈ। ਸਾਰੇ ਖਾਂਦੇ ਕਿਲੋ, ਤੁਸੀਂ ਖਾਂਦੇ ਜੀ? ਸਾਰੇ ਖਾਂਦੇ ਹੁਣੇ ਆ। ਸਾਰੇ ਖਾਂਦੇ ਜੀ, ਠੀਕ ਹੈ ਠੀਕ ਹੈ ਜੀ। ਕਿੰਨੇ ਕਿਲੋ ਆਟਾ ਲੱਗ ਜਾਂਦੇ ਦਿਹਾੜੀ ਦਾ? ਹੈ ਜੀ, ਮੈਂ ਵਧੀਆ ਜੀ, ਐ ਆਟੇ ਕੱਟੇ ਜੇ ਵਧੀਆ ਲੱਗਣ ਚਾਹੀਦੇ, ਹੈ ਜੀ। ਨਹੀਂ ਤਾਂ ਐਵੇਂ ਜਦੋਂ ਤੁਸੀਂ ਸਹੁਰੇ ਘਰੇ ਜਾਵੋ, ਅਗਲੇ ਕਹਿੰਦੇ ਵੀ ਪਤਲੀ ਹੋਈ ਹੈ, ਦਬਲੋ ਹਨਾ, ਦਬਣਾ ਨੀ। ਜਦੋਂ ਵਿਆਹ ਹੋ ਗਿਆ ਕੋਈ ਚੱਕਰ ਨੀ, ਹਾਂ ਕਿਹੜਾ ਪੈ ਜਾਣਾ ਸੱਸ ਨੂੰ ਸਹੁਰੇ ਨੂੰ, ਜਦੋਂ ਵਿਆਹ ਹੋ ਗਿਆ। ਕੀ ਨਾਂ ਕੀ ਤੁਹਾਡਾ? ਮਨਜਿੰਦਰ ਕੌਰ। ਮਨਜਿੰਦਰ ਕੌਰ, ਹਾਂਜੀ, ਨਾਂ ਵੀ ਸਿਹਤ ਵਾਲਾ ਹੀ ਹੈ ਵੀ ਮਨਜਿੰਦਰ। ਹਾਂਜੀ, ਹਜੇ ਸਿਰਫ ਖਾਣੀ ਹੋ ਗਈ, ਪਕਾਉਣੀ ਵੀ ਆ ਗਈ? ਪਕਾਉਣੀ ਵੀ ਆ ਗਈ। ਰਾਤ ਕੀ ਪਕਾਇਆ? ਰਾਤ ਕੀ ਕੁਛ ਗੱਡੀ ਦੇਰ ਚ ਕੀ ਕਿਹੜੀ ਸਬਜ਼ੀ ਸੀਗੀ? ਆਲੂਆਂ ਦੀ ਸਬਜ਼ੀ। ਹਾਂਜੀ, ਆਲੂਆਂ ਦੀ ਸਬਜ਼ੀ, ਆਲੂ। ਰਾਤ ਨੂੰ ਮੈਨੇ ਥੋੜਾ ਜਿਹਾ ਲਾਈਟ ਖਾਇਆ ਕਰੋ, ਕਿਉਂਕਿ ਆਲੂ ਖਾ ਕੇ ਨਾ ਮੈਂ ਦੇਖ ਰਿਹਾ, ਖਾਣਾ ਹੀ ਪੈਂਦਾ ਫੇਰ। ਪਰ ਚਲੋ ਕੋਈ ਚੱਕਰ ਨਹੀਂ। ਹਾਂਜੀ, ਅੱਜ ਸਵੇਰੇ ਖਾਦਾ ਆਲੂ ਵਾਲੇ ਪਰੌਂਠੇ, ਰਾਤ ਨੂੰ ਆਲੂ ਖਾ ਕੇ ਸਵੇਰੇ ਪਰੌਂਠੇ ਖਾ ਕੇ, ਹੈਨਾ ਜੀ। ਅੱਛਾ, ਤੁਹਾਡੀ ਫੇਵਰੇਟ ਸਬਜ਼ੀ ਕਿਹੜੀ ਹੈ ਵੈਸੇ? ਕਿਉਂਕਿ ਜਿੱਦਾਂ ਦਾ ਬੰਦਾ ਹੋਵੇ ਫਿਰ ਖਾਣ ਪੀਣ ਵਾਲੀਆਂ ਗੱਲਾਂ ਕਰਾਂਗੇ ਨਾ ਆਪਾਂ। ਫੇਵਰੇਟ ਸਬਜ਼ੀ ਆਲੂ। ਆਲੂ ਜੀ ਲੰਘੋ ਸਰ, ਥੈਂਕ ਯੂ ਸੋ ਮਚ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਕੀ ਨਾਮ ਹੈ ਤੁਹਾਡਾ? ਸਿਮਰਨ। ਸਿਮਰਨ, ਕਿੱਥੋਂ ਬਿਲੋਂਗ ਕਰਦੇ ਹੋ ਜੀ? ਕਰਤਾਰਪੁਰ, ਮੇਨ ਕਰਤਾਰਪੁਰ। ਮੇਨ ਕਰਤਾਰਪੁਰ, ਤੁਹਾਡਾ ਘਰ ਕਿੱਥੇ ਹੈ ਜੀ? ਮੰਡੀ ਮੱਲੇ। ਮੰਡੀ ਮੱਲੇ, ਹਾਂਜੀ, ਚਲੋ ਚਲੋ ਨਾ ਨਾ ਰਹਿਣੇ ਆ ਮੱਲਾ ਹੀ ਮੰਡੀ ਆਣਾ, ਉੱਥੇ ਮੰਡੀ ਵਾਲੇ ਜਾਣਗੇ ਫਿਰ। ਅੱਛਾ, ਜਿਹੋ ਜਿਹਾ ਮੱਲਾ ਹੁਣ ਮੰਡੀ ਮੱਲਾ, ਅੱਗੋਂ ਬੈਂਗਣ ਬੂੰਗਣ ਜੰਮੇ। ਨਹੀਂ ਕੰਪਲੀਮੈਂਟ ਹੈ ਯਾਰ, ਉਹ ਹੱਸ ਮੈਨੂੰ ਬੈਂਗਣ ਕਿਊਟ ਨਹੀਂ ਹੁੰਦਾ ਕਿਸੇ ਕਿਊਟ ਹੋਣਾ? ਥੈਂਕ ਯੂ। ਹਾਂ ਹੁਣ ਆ, ਹੁਣ ਹੱਸ। ਪਰਿਵਾਰ 'ਚ ਕੌਣ ਕੌਣ ਹੈ? ਮੰਮਾ, ਪਾਪਾ, ਦੋ ਬ੍ਰਦਰਸ, ਦਾਦੀ। ਬਸ। ਪਾਪਾ ਜ਼ਿਆਦਾ ਪਿਆਰ ਕਰਦੇ ਕਿ ਮੰਮੀ? ਦੋਵੇਂ, ਕਿਉਂਕਿ ਇਕੱਲੀ ਇਕੱਲੀ ਆ ਨਾ ਤਾਂ। ਅੱਛਾ ਜੀ, ਇਕੱਲੀ ਇਕੱਲੇ ਹੋ, ਫਿਰ ਮੇਰੇ ਕਿਹੜਾ ਘਰ ਦੇ ਕ੍ਰਿਕਟ ਟੀਮ ਜਮੀ ਬੈਠੇ ਆ? ਦੋ ਬ੍ਰਦਰਸ ਆ ਨਾ, ਇਸ ਕਰਕੇ ਸਾਰਾ ਪਿਆਰ। ਤਿੰਨ ਜਣੇ ਤਾਂ ਹੋ ਗਏ, ਤੁਸੀਂ ਹੋਰ ਘਰ ਦੇ ਕੀ ਕਰ ਰਹੇ ਹੋ? ਸਿਸਟਰ ਵਿੱਚ ਮੈਂ ਕੁੜੀ, ਇਕੱਲੀ ਇਕੱਲੀ ਆ। ਦੋ ਭਰਾ, ਠੀਕ ਹੈ, ਉਹ ਵੱਡੇ ਆ? ਨਹੀਂ, ਦੋਵੇਂ ਮੈਂ ਤਾਂ ਛੋਟੇ ਆ। ਚਲੋ, ਦੋਵਾਂ ਨੂੰ ਪਿਆਰ ਤੇ। ਇੱਥੇ ਕਿਹੜਾ ਕੋਰਸ ਜੁਆਇਨ ਕੀਤਾ ਫਿਰ? ਮੈਂ ਪਲੱਸ 2 ਕਰ ਰਹੀ ਹਾਂ ਜੀ। ਓਕੇ ਓਕੇ ਓਕੇ, ਚਲੋ ਠੀਕ ਹੈ ਠੀਕ ਹੈ ਠੀਕ ਹੈ। ਤੇ ਜਿਹੜਾ ਸਟਾਈਲ ਹੈ ਬਾਲਾਂ ਦਾ? ਇਹ ਮੈਂ ਸਵੇਰੇ ਕਰਾਇਆ ਤੁਹਾਡੇ ਆਉਣ ਲਈ, ਠੀਕ ਆ, ਬਿਕੋਜ਼ ਤੁਸੀਂ ਪਫ ਤੇ ਬੁੱਕ ਕਮੈਂਟ ਮਾਰਦੇ, ਮੈਂ ਸੁਣਿਆ ਆ। ਹਾਂ, ਪਫ ਤੇ ਬੁੱਕ ਕਮੈਂਟ ਮਾਰਦੇ, ਮੈਂ ਫਿਰ ਜਾਇਦ ਦੀ ਚੀਰ ਕੱਟ ਲਿਆ। ਚੀਰ ਵੀ ਐਸਾ ਕੱਟਿਆ, ਉਧਰ ਨੂੰ ਚੀਰ, ਇਧਰ ਨੂੰ ਮੀਟੀ, ਗੁੱਤ ਵੀ ਹੋ ਰਹੀ ਬਸ। ਇਹਨੂੰ ਖਜੂਰੀ ਗੁੱਤ ਕਹਿੰਦੇ? ਵਾਹ, ਖਜੂਰ ਨੇ ਕਿੱਥੇ ਖਜੂਰੀ ਗੁੱਤ ਨਾ। ਠੀਕ ਹੈ ਜੀ, ਕੀ ਕਿਹਾ ਸੀਗਾ ਪਾਰਲਰ ਵਾਲੀ ਨੂੰ ਵੀ? ਮੈਮ ਸਤਿ ਸ਼੍ਰੀ ਅਕਾਲ। ਪਾਰਲਰ ਵਾਲੀ ਨੀ, ਮੇਰੀ ਦੀ ਨੇ ਕੀਤੀ ਆ। ਅੱਛਾ, ਦੀਦੀ ਨੇ ਕੀਤੀ ਹੈ? ਨਹੀਂ, ਵੱਡੀ ਹੈ ਕਿ ਛੋਟੀ? ਛੋਟੀ, ਵੱਡੀ ਤਾਂ ਵਿਆਹੀ ਹੋਈ ਹੈ, ਇੰਗਲੈਂਡ ਆ। ਇੰਗਲੈਂਡ, ਵਾਹ, ਅੱਛਾ ਅੱਛਾ, ਬੜੀ ਖੁਸ਼ ਹੋਈ ਹੈ। ਖੁਸ਼ ਐ ਹੋਈ ਹੈ ਵੀ ਜੀਜਿਆਂ ਨੂੰ ਜਿਵੇਂ ਬਹੁਤ ਕਰੀਮਾਂ ਭੇਜਦਾ ਸੀ? ਭੇਜਦੇ ਆ। ਅੱਜ ਤੱਕ ਕੀ ਭੇਜਿਆ ਜੀਜਾ ਜੀ ਨੇ? ਕੱਪੜੇ ਵੀ ਭੇਜਦੇ, ਜੁੱਤੀਆਂ ਵੀ ਭੇਜਦੇ ਆ। ਜੁੱਤੀਆਂ ਵੀ ਭੇਜਦੇ ਆ ਜੀਜੇ? ਪੂਰਾ ਨਾ ਪਤਾ, ਮੈਂ ਉਹਨਾਂ ਸਾਰਾ ਪਤਾ ਤਾਂ ਕਰਕੇ। ਇਹ ਫਿਰ ਜੀਜੇ ਨੇ ਭੇਜਿਆ ਜਿਹੜਾ ਜ਼ਿਆਦਾ ਉੱਚਾ ਹੋ ਗਿਆ। ਮੈਂ
ਤੈਨੂੰ ਸਮਝਾਵਾ ਕੀ ਨਾ ਤੇਰੇ ਬਿਨਾ ਲੱਗਦਾ ਜੀ ਜੀਜਾ ਜੀ ਤੂੰ ਕੀ ਜਾਣੇ ਪਿਆਰ ਤੂੰ ਕੀ ਜਾਣੇ ਨਾਕ ਮੇਰਾ ਮੈਂ ਕਰੂੰ ਇੰਤਜ਼ਾਰ ਤੇਰਾ ਜੇ ਨਾ ਕੱਪੜੇ ਭੇਜੇ ਚੜ ਜੂਗਾ ਪਾਪ ਚਲੋ ਤੂੰ ਦਿਲ ਤੂੰ ਜਾਨ ਮੇਰੀ ਜਾਨ ਮੇਰੀ ਹਾਂ ਹੁਣ ਭੇਜੂਗਾ ਦੋ ਵਾਰ ਜਾ ਚਲੋ ਜੀ ਜੀਜੂ ਕੱਪੜੇ ਭੇਜ ਦਿਓ ਹਾਂ ਹਾਂ ਚਲੋ ਬਹੁਤ ਵਧੀਆ ਥੈਂਕ ਯੂ ਸੋ ਮਚ ਕੀ ਨਾਮ ਹੈ ਜੀ ਅਵਿਨਾਸ਼ ਕੁਮਾਰ ਅਵਿਨਾਸ਼ ਕੁਮਾਰ ਕਹਿੰਦਾ ਰਵਨੀਤ ਭਈਆ ਮੇਰਾ ਲੈਂਦਾ ਨਹੀਂ ਕੋਈ ਚੁੰਮਾ ਉਹ ਮੈਂ ਕਿਹਾ ਕਿਵੇਂ ਲਊ ਤੇਰੀ ਤੋਰ ਹੈ ਜਿਵੇਂ ਪਾਣੀ 'ਚ ਤੈਰੇ ਕਿੱਥੇ ਘੁੰਮਾਂ ਹੋਰ ਸੁਣਾਓ ਵਧੀਆ ਕਿੱਥੋਂ ਬਿਲੋਂਗ ਕਰਦੇ ਹੋ ਅੰਬਗੜ੍ਹ ਤੋਂ ਅੰਬਗੜ੍ਹ ਤੋਂ ਅੱਛਾ ਜੀ ਆ ਜਿਓ ਅੰਬ ਲੈਣੇ ਇਹ ਕਿਉਂ ਅੰਬਗੜ੍ਹ ਕਿਉਂ ਨਾਂ ਪਾਇਆ ਜੀ ਇੱਥੇ ਬਾਗ ਹੈ ਜੀ ਅੰਬਾਂ ਦੇ ਬਾਗ ਹੈ ਹਾਂਜੀ ਹਾਂਜੀ ਬਸ ਠੀਕ ਹੈ ਬਹੁਤ ਵਧੀਆ ਕਰਦੇ ਨੇ ਕਿੱਧਰ ਗਵਾਚ ਗਏ ਬਸ ਕਾਲਜ 'ਚ ਹੀ ਗਵਾਚ ਗਏ ਕਿਸਕੇ ਖਿਆਲੋਂ ਮੈਂ ਉਸਕੇ ਖਿਆਲੋਂ ਕਿਸਕੇ ਉਸਕੇ ਵੋ ਕੌਣ ਹੈ ਵੋ ਹੈ ਵੋ ਹੈ ਪਰੀ ਹੈ ਯੈਸ ਪਰੀ ਹੈ ਯਹਾਂ ਔਰ ਪਰੀ ਨੇ ਆਪਕਾ ਕਿਆ ਨਾਮ ਰੱਖਾ ਹੈ ਸਲੇਡਾ ਨਹੀਂ ਵੋ ਆਪਕਾ ਰੱਖੇਗੀ ਵੋ ਮੇਰਾ ਰੱਖੇਗੀ ਮੇਰੇ ਤਾਂ ਆਲਰੇਡੀ ਬਹੁਤ ਜਨੀ ਨੂੰ ਰੱਖਾ ਕਿਸਨੇ ਉਸਨੇ ਉਸਨੇ ਹਾਂ ਨਹੀਂ ਨਹੀਂ ਹਾਂ ਵੋ ਕਹਿਤੀ ਹੈ ਕਿਆ ਕਹਿਤੀ ਹੈ ਮੈਂ ਬਤਾ ਨਹੀਂ ਸਕਤਾ ਅੱਛਾ ਪਤਾ ਕਿਆ ਕਹਿਤੀ ਹੈ ਮੁਝੇ ਵੀ ਕਹਿਤੀ ਹੈ ਮੈਂ ਵੀ ਨਹੀਂ ਬਤਾਊਂਗਾ ਚਲੋ ਸੁਣਾਓ ਬਾਈ ਵਧੀਆ ਸੁਣਾਓ ਜੀ ਕੋਈ ਪਹਿਲਾਂ ਮਿੱਠੀ ਮੁਸਕਾਣੇ ਨਾਲ ਮੁੰਡਿਆਂ ਨੂੰ ਠੱਗਦੀ ਫਿਰ ਅੱਖ ਦੇ ਇਸ਼ਾਰੇ ਨਾਲ ਦਿਲ ਸਾਡਾ ਮੰਗਦੀ ਪਹਿਲਾਂ ਮਿੱਠੀ ਮੁਸਕਾਣੇ ਨਾਲ ਮੁੰਡਿਆਂ ਨੂੰ ਠੱਗਦੀ ਫਿਰ ਅੱਖ ਦੇ ਇਸ਼ਾਰੇ ਨਾਲ ਦਿਲ ਸਾਡਾ ਮੰਗਦੀ ਉੱਤੋਂ ਮਾਰਦੀ ਕਮੈਂਟ ਸ਼ਰੇਆਮ ਮਿੱਤਰੋ ਮਾਰਦੀ ਕਮੈਂਟ ਸ਼ਰੇਆਮ ਮਿੱਤਰੋ ਕੁੜੀਆਂ ਵੀ ਫੁੱਲ ਕਰਦੀਆਂ ਆਸ਼ਕ ਜੀ ਮੁੰਡੇ ਐਵੇਂ ਹੁੰਦੇ ਬਦਨਾਮ ਮਿੱਤਰੋ ਕੋਈ ਚੱਕਰ ਨੀ ਜੀ ਅੱਛਾ ਬੱਤੀ ਪਿੰਡ ਵਧੀਆ ਆਉਂਦੀ ਹੈ ਬਹੁਤ ਵਧੀਆ ਜੀ ਕੱਟ ਕੁੱਟ ਦੇ ਲਾ ਦੇ ਨਾ ਨਾ ਬੱਤੀ ਦਾ ਘਰ ਵਾਲਾ ਕਿਹੜਾ ਤੁਹਾਨੂੰ ਪਤਾ ਬੱਤੀ ਦਾ ਘਰ ਵਾਲਾ ਤੁਹਾਨੂੰ ਪਤਾ ਹੀ ਨਹੀਂ ਬੱਤਾ ਹੀ ਹੋਣਾ ਬੱਤਾ ਬਹੁਤ ਵਧੀਆ ਆਂਸਰ ਦਿੱਤਾ ਬੱਤੀ ਦਾ ਘਰ ਵਾਲਾ ਬੱਤਾ ਅੱਗੋਂ ਉਹਨਾਂ ਨੇ ਜਵਾਕ ਵੀ ਹੈਗਾ ਜੀ ਇੱਕ ਮੁੰਡਾ ਇੱਕ ਕੁੜੀ ਪਤਾ ਕੌਣ ਬੱਤੀਆਂ ਹੋਣੀਆਂ ਨਹੀਂ ਨਹੀਂ ਬੱਤੀਆਂ ਨਹੀਂ ਅਗਲੇ ਸੋਹਣੇ ਜਵਾਕ ਹੈ ਜੀ ਮੋਮਬੱਤੀ ਹੈ ਜੀ ਮੋਮਬੱਤੀ ਨਹੀਂ ਥੋੜਾ ਜ਼ਮਾਨਾ ਟੈਕਨੋਲੋਜੀ ਵਾਲਾ ਹੋ ਗਿਆ ਟਿਊਬਲਾਈਟ ਹੈ ਜੀ ਉਹਨਾਂ ਟਿਊਬਲਾਈਟ ਜੀ ਉਸ ਉਹਨਾਂ ਦਾ ਮੁੰਡਾ ਵੀ ਹੈਗਾ ਜੀ ਉਹਦਾ ਨਾਮ ਕੀ ਹੈ ਕਮਾਲ ਬਹੁਤ ਵਧੀਆ ਤੁਹਾਨੂੰ ਨਹੀਂ ਪਤਾ ਦੇਖੋ ਸਾਰਿਆਂ ਨੂੰ ਪਤਾ ਉਹਨਾਂ ਨੂੰ ਜ਼ਿਆਦਾ ਪਤਾ ਜੀ ਹਾਂਜੀ ਨਹੀਂ ਫਰਾਡਵਾਲ ਰਹਿੰਦੇ ਨਹੀਂ ਬੜਾ ਤੇ ਹੋਰ ਨਵੀਂ ਜੀ ਹੋਰ ਬਸ ਵਧੀਆ ਤੁਸੀਂ ਸੁਣਾਓ ਕੁੜੀਆਂ ਵਾਲੀ ਚੁੰਨੀ ਲਿੱਤੀ ਤੁਸੀਂ ਇਹਨੂੰ ਕਹਿੰਦੇ ਸਕਾਫ ਕੀ ਕਹਿੰਦੇ ਸਕਾਫ ਇਹਨੂੰ ਫੇਰ ਕਹਿੰਦੇ ਮਫਲਰ ਮਫਲਰ ਆ ਕੀ ਲਿਖਿਆ ਜ਼ਰਾਮਨ ਜ਼ਰਾਮਨ ਨਹੀਂ ਨਲਾਇਕ ਇਹ ਲਿਖਿਆ ਜ਼ਾਰਾ ਜ਼ਾਰਾ ਹੁੰਦਾ ਬ੍ਰਾਂਡ ਅੱਗੇ ਲਿਖਿਆ ਮੈਨ ਮੈਨ ਕੀ ਹੁੰਦਾ ਹਾਂ ਹੁਣ ਸਹੀ ਲਿਆ ਕਿ ਗਲਤ ਲਿਆ ਬਿਲਕੁਲ ਸਹੀ ਜੀ ਕੋਈ ਨਹੀਂ ਧੁੰਦ ਚ ਗਦੇ ਭਜਾਈਦੇ ਹੁੰਦੇ ਥੋੜਾ ਸ਼ਹਿਰ ਵੱਲ ਲਾਇਆ ਕਰੋ ਕਿਹੜਾ ਕੋਈ ਗੱਲ ਹੋਰ ਸੁਣਾਓ ਤੁਸੀਂ ਲੈ ਜਿਓ ਨਾਲ ਕਿੱਥੇ ਜੀ ਜਿਹੜੇ ਵਿਆਹੇ ਗਏ ਉਹਨਾਂ ਨੂੰ ਪੁੱਛਿਓ ਬਹੁਤ ਔਖਾ ਕੀਤਾ ਹੋਇਆ ਤੁਸੀਂ ਪਰ ਨਹੀਂ ਮੈਂ ਵੀ ਫਸ ਗਿਆ ਸੀ ਇੱਕ ਰੇਲੜੇ ਪਰ ਮੈਂ ਫਿਰ ਦੇਖੋ ਉਹਨੂੰ ਛੱਡਿਆ ਤੇ ਦੇਖੋ ਹੈ ਕਿ ਨਹੀਂ ਗੀਤ ਸੁਣਾਓ ਜੀ ਸੋਹਣਾ ਤੇ ਪਤੰਦਰਾ ਤੂੰ ਖਾਸ ਕੋਈ ਨਾ ਵੇ ਗੱਲਾਂ ਮਿੱਠੀਆਂ ਦੀ ਫੱਟੀ ਹੋਈਆਂ ਸੋਹਣਾ ਤੇ ਅਸੀਂ ਸ਼ੋਅ ਨੂੰ ਪਿਆਰ ਕਰਦੇ ਹਾਂ ਕੰਮ ਨੂੰ ਪਸੰਦ ਕਰਦੇ ਹਾਂ ਧੰਨਵਾਦ ਤੁਹਾਡਾ ਬਹੁਤ ਸਾਰਾ ਆਈ ਜਸਟ ਵਾਂਟ ਟੂ ਹਗ ਯੂ ਆਈ ਜਸਟ ਉਹ ਜੋ ਕਰਾਂ ਅੰਗਰੇਜ਼ੀ ਦਾ ਬੋਲ ਵੀ ਵਧੀਆ ਆ ਜੋ ਕਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਤੁਹਾਡਾ ਕਵਿਤਾ ਕਵਿਤਾ ਠੀਕ ਹੈ ਜੀ ਠੀਕ ਹੈ ਜੀ ਤੇ ਸ਼ੌਂਕ ਜੀ ਸ਼ੌਂਕ ਬਸ ਪੜ੍ਹਾਈ ਕਰਨਾ ਓਕੇ ਸੁਪਨਾ ਕੀ ਹੈ ਜੀ ਡ੍ਰੀਮ
ਪੜ੍ਹ ਲਿਖ ਕੇ ਆਪਣੇ ਮੰਮਾ ਪਾਪਾ ਦਾ ਨਾਮ ਰੋਸ਼ਨ ਕਰਨਾ ਨਾਮ ਰੋਸ਼ਨ ਕਰਨਾ ਓਕੇ ਓਕੇ ਉਹਨਾਂ ਦੀ ਮਿਹਨਤ ਦਾ ਫਲ ਉਹਨਾਂ ਨੂੰ ਦੇਣਾ ਓਕੇ ਜੀ ਇੰਨੇ ਸਿਆਣੇ ਹੈਗੇ ਤੁਸੀਂ ਹਾਂਜੀ ਜੇ ਸਪੋਜ਼ ਕਰੋ ਤੁਸੀਂ ਇੱਕ ਦਿਨ ਮੁੰਡਾ ਹੁੰਦੇ ਫਿਰ ਉਹ ਸਾਰਾ ਦਿਨ ਕਿਵੇਂ ਲੰਘਾਉਣਾ ਸੀਗਾ ਸਵੇਰੇ ਕਿਵੇਂ ਉੱਠਣਾ ਸੀ ਕਿਵੇਂ ਕੀ ਕਰ ਰਹੇ ਸਾਰਾ ਦਿਨ ਬਸ ਜਿੱਦਾਂ ਹੀ ਰੂਟੀਨ ਬਾਕੀਆਂ ਦੀ ਹੁੰਦੀ ਆ ਨਾ ਫਿਰ ਵੀ ਕਿੱਦਾਂ ਦੀ ਥੋੜਾ ਦਿਲ ਕਰ ਦਊਂਗਾ ਵੀ ਕਦੇ ਕਦੇ ਮੈਂ ਵੀ ਸ਼ਾਇਦ ਕਾਸ਼ ਮੈਂ ਮੁੰਡਾ ਹੋਵਾਂ ਕਿਹੜੀ ਗੱਲੋਂ ਜਿੱਦਾਂ ਮੁੰਡਿਆਂ ਨੂੰ ਬੜੀ ਆਜ਼ਾਦੀ ਹੁੰਦੀ ਹੈ ਜਿੱਥੇ ਮਰਜ਼ੀ ਘੁੰਮੋ ਜੋ ਮਰਜ਼ੀ ਕਰੋ ਕੁੜੀਆਂ ਨੂੰ ਨਹੀਂ ਇੱਥੇ ਨਹੀਂ ਜਾਣਾ ਉੱਥੇ ਨਹੀਂ ਜਾਣਾ ਆ ਨਹੀਂ ਕਰਨਾ ਉੱਧਰ ਨਹੀਂ ਕਰਨਾ ਇੱਦਾਂ ਦੀ ਆਜ਼ਾਦੀ ਮੁੰਡਿਆਂ ਨੂੰ ਹੁੰਦੀ ਆ ਪਰ ਫਿਰ ਵੀ ਕਈ ਵਾਰ ਦਿਲ ਕਰਦਾ ਕਿ ਕਾਸ਼ ਮੈਂ ਵੀ ਮੁੰਡਾ ਹੁੰਦੀ ਮੈਂ ਵੀ ਆਪਣੀ ਲਾਈਫ ਇੰਜੋਏ ਕਰਦੀ ਤਾਂ ਹੁਣ ਵੀ ਇੰਜੋਏ ਕਰਦੇ ਹੋ ਕਰਦੇ ਹਾਂ ਬਟ ਜਿਹੜੇ ਜਿਹੜੇ ਜਿਹੜੀਆਂ ਕੁੜੀਆਂ ਹੁੰਦੀਆਂ ਇਹ ਸਹੀ ਗੱਲ ਹੈ ਇਹ ਮਾਂ ਪਿਓ ਨੂੰ ਅਖੀਰ ਤੱਕ ਸੇਵਾ ਕਰਨੀ ਹਾਂਜੀ ਮੁੰਡੇ ਵਿਆਹ ਤੋਂ ਬਾਅਦ ਕਿਤੇ ਨਾ ਕਿਤੇ ਭੁੱਲ ਜਾਂਦੇ ਵਿਆਹ ਤੋਂ ਪਹਿਲਾਂ ਵੀ ਭੁੱਲ ਜਾਂਦੇ ਆ ਕਈ ਵਿਆਹ ਤੋਂ ਕਈ ਪਹਿਲਾਂ ਹੀ ਭੁੱਲ ਜਾਂਦੇ ਆ ਵਿਆਹ ਤੋਂ ਬਾਅਦ ਕਿਉਂ ਭੁੱਲਦੇ ਆ ਪਤਾ ਕਿਉਂਕਿ ਇਹੋ ਜਿਹੀ ਆ ਜਾਂਦੀ ਹੈ ਨਾ ਫਿਰ ਕਿ ਨਹੀਂ ਪਰ ਨਹੀਂ ਜੀ ਕੁੜੀ ਹੋਣ 'ਚ ਵੀ ਮਾਣ ਹੈ ਤੁਸੀਂ ਨਾਮ ਰੋਸ਼ਨ ਕਰਿਓ ਹੋਣਾ ਜੀ ਬਾਪਾ ਨੂੰ ਬਹੁਤ ਮਾਣ ਆ ਕਿ ਮੇਰੀ ਕੁੜੀ ਹੈਗੀ ਆ ਓਕੇ ਜੀ ਪਾਪਾ ਨੂੰ ਬਹੁਤ ਮਾਣ ਆ ਕਿ ਵਧੀਆ ਹੇਅਰ ਸਟਾਈਲ ਆ ਕੁੜੀ ਦਾ ਕੁੜੀ ਐ ਪਾਪ ਬਣਾਉਂਦੀ ਆ ਗਈ ਜੋ ਪਾਏ ਨਹੀਂ ਨਹੀਂ ਫੇਕ ਹੀ ਹੋਇਆ ਇਹ ਵੀ ਫੈਸ਼ਨ ਆ ਅਗਰ ਮੁੰਡੇ ਵਾਲ ਖੜੇ ਕਰ ਸਕਦੇ ਕੁੜੀ ਆਪਾਂ ਵੀ ਕਰ ਸਕਦੀ ਕਰੋ ਕਰੋ ਜੀ ਕਰੋ ਮੈਂ ਤੁਸੀਂ ਖੜੇ ਕਰੋ ਵਾਲ ਨਾ ਨਾ ਸਾਰੇ ਖੜੇ ਕਰ ਰਹੇ ਆ ਤੁਹਾਡੇ ਵਰਗੇ ਡਰ ਕੇ ਦੌੜ ਜਾਂਦੇ ਫਿਰ ਅੱਛਾ ਅੱਛਾ ਡਰਾਉਣੇ ਨਹੀਂ ਮੁੰਡੇ ਚਲੋ ਠੀਕ ਹੈ ਜੀ ਗਾਣਾ ਆਉਂਦਾ ਜੀ ਹਾਂਜੀ ਸੁਣਾਓ ਜੀ ਗੀਤ ਸੁਣਾਓ ਫਰੈਂਡਸ ਨਾਲ ਸ਼ੇਅਰ ਕਰਨਾ ਚਾਹੁੰਦੀ ਹਾਂਜੀ ਹਾਂਜੀ ਸੱਦੋ ਜੀ ਸੱਦੋ ਚਲੋ ਠੀਕ ਹੈ ਠੀਕ ਹੈ ਮੈਂ ਕੁੜੀ ਮੈਂ ਮੋਨਿਕਾ ਤੁਸੀਂ ਰਵਨੀਤ ਠੀਕ ਹੈ ਤੁਸੀਂ ਹੁਣ ਰਵਨੀਤ ਸਿੰਘ ਹੋ ਗਏ ਜੀ ਮੈਂ ਮੋਨਿਕਾ ਐਕਟਿੰਗ ਨਹੀਂ ਕਰਨੀ ਸੋਨਾ ਸਹੀ ਕਰਨਾ ਪਹਿਲੀ ਆਪਣੇ ਆਪ ਹੀ ਬੋਲੀ ਜਾਣਗੀ ਮੈਂ ਤੁਹਾਡੀ ਪਹਿਲਾਂ ਪੂਰਾ ਸੁਣ ਕੇ ਹੁੰਦਾ ਵੀ ਕਰਨਾ ਕੀ ਹੈ ਬੋਲੋ ਹਾਂਜੀ ਬੱਸ ਸਟਾਪ ਤੇ ਬੱਸ ਸਟੈਂਡ ਤੇ ਖੜੇ ਸੀਗੇ ਜੀ ਰਵਨੀਤ ਰੋਜ਼ ਤੰਗ ਕਰਦਾ ਮੋਨਿਕਾ ਨੂੰ ਮੈਂ ਮੋਨਿਕਾ ਇੱਥੇ ਹੁਣ ਖੜ ਗਈ ਕਾਂਟੀ ਉਹਨੇ ਵੀ ਬੱਸ ਲੈਣੀ ਹੈ ਤੁਸੀਂ ਖੜ ਜਾਓ ਜੀ ਵਿੱਚ ਤੁਸੀਂ ਤੁਸੀਂ ਹਨਾ ਤੁਸੀਂ ਨਾਲ ਦੇ ਪਿੰਡ ਦੀ ਆਂਟੀ ਹੋ ਜੀ ਠੀਕ ਹੈ ਜੀ ਤੁਹਾਨੂੰ ਥੋੜ੍ਹਾ ਜਿਹਾ ਸ਼ੱਕ ਹੈ ਵੀ ਇਹ ਗਟਰ ਨੂੰ ਮਟਰ ਨੂੰ ਕਰਦੇ ਆ ਤੁਸੀਂ ਪੂਰਾ ਨਾ ਬਈ ਪੂਰਾ ਕੰਮ ਹਨਾ ਪੂਰੇ ਇਸ਼ਾਰਿਆਂ ਦੇ ਨਾਲ ਹੀ ਚੱਲਣਾ ਕੰਮ ਠੀਕ ਹੈ ਜੀ ਤੁਸੀਂ ਵੀ ਇਸ਼ਾਰਿਆਂ ਦੇ ਨਾਲ ਹੀ ਚੱਲਣਾ ਆਂਟੀ ਜੀ ਆ ਗਈ ਤੁਹਾਡੀ ਬੱਸ ਨਹੀਂ ਉੱਥੇ ਉਹ ਬੱਸ ਆ ਗਈ ਅਤੇ ਬੱਸ ਬੱਸ ਨਹੀਂ ਨਹੀਂ ਪੁੱਤਰ ਜੀ ਕੋਈ ਗੱਲ ਨਹੀਂ ਮੈਂ ਚੱਲ ਜਾਣਾ ਇਹ ਤਾਂ ਆਂਟੀ ਦਾ ਬੱਸ ਮੇਰਾ ਕੰਮ ਨਹੀਂ ਬਣਨ ਦਿੰਦੀ ਦੇਖਣ ਲੱਗਾ ਏ ਮੈਨੂੰ ਪਿੱਛੇ ਮੁੜ ਕੇ ਲੱਗਦਾ ਤਿਆਰੀ ਤੇਰੀ ਹਾਂ ਦੀ ਏ ਲੱਗਦਾ ਤਿਆਰੀ ਚਿੱਤਰ ਖਾਣ ਦੀ ਆ ਇਹ ਤੂੰ ਟੈਨਸ਼ਨ ਨਾ ਲੈ ਮੈਂ ਤੇਰੇ ਨਾਲ ਆ ਹਾਂ ਹਾਂ ਇਹ ਤਾਂ ਟੈਨਸ਼ਨ ਹੈ ਵੀ ਤੂੰ ਨਾਲ ਹੈ ਚਿੱਤਰ ਖਾਣ ਦੀ ਆ ਮੈਂ ਚਿੱਤਰ ਕਿਉਂ ਖਾਣੇ ਤੂੰ ਵੀ ਤਾਂ ਮੈਨੂੰ ਦੇਖਦੀ ਆ ਤੇਰਾ ਵੀ ਤਾਂ ਪੂਰਾ ਪੂਰਾ ਦਿਲ ਕਰਦਾ ਮੈਨੂੰ ਮਿਲਣ ਨੂੰ ਆਂਟੀ ਤੂੰ ਅਸੀਂ ਜਾਨੀ ਸਵਾਲ ਲੈਣੀ ਹੈ ਲੋਕਾਂ ਦੀਆਂ ਧੀਆਂ ਭੈਣਾਂ ਨੂੰ ਕਦੇ ਪੁਰਜਾ ਨਹੀਂ ਉਹ ਆਖੀਦਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਂ ਹੈ ਤੁਹਾਡਾ ਦਿਲਸ਼ਾਦ ਸਿੱਧੂ ਦਿਲਸ਼ਾਦ ਸਿੱਧੂ
ਓਕੇ 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 ਨਮਿਤਾ ਜੀ ਨਮਿਤਾ ਜੀ ਕੋਈ ਨਹੀਂ ਤੇ ਸ਼ੌਂਕ ਬਾਈ ਸ਼ੌਂਕ ਸਿੰਗਿੰਗ ਓਕੇ ਸੁਣਾਓਗੇ ਬਾਈ ਹਾਂਜੀ ਆ ਜਾਓ ਸੁਣਾਓ ਫਿਰ ਉਹ ਕੋਈ ਗੋਲੀਆਂ ਤਾਂ ਕੈਪਸੂਲ ਕੰਮ ਨਾ ਕਰੇ ਉਹ ਦਿਲ ਭੱਜ ਭੱਜ ਜਾਂਦਾ ਕਹਿੰਦਾ ਹੱਟ ਜੋ ਪਰੇ ਉਹ ਕੋਈ ਗੋਲੀਆਂ ਤਾਂ ਕੈਪਸੂਲ ਕੰਮ ਨਾ ਕਰੇ ਦਿਲ ਭੱਜ ਭੱਜ ਜਾਂਦਾ ਕਹਿੰਦਾ ਹੱਟ ਜੋ ਪਰੇ ਉਹ ਬੜੇ ਵੇਖੇ ਮੈਂ ਇਲਾਜ ਕਰਵਾ ਕੇ ਟੁੱਟ ਪੈਣੇ ਕਿਸੇ ਸਾਧ ਜਾਂ ਬਾਬੇ ਦੀ ਪੁੱਛ ਦੱਸਣਾ ਲੱਗੇ ਉਹ ਤੈਨੂੰ ਵੇਖਿਆ ਜਦੋਂ ਦਾ ਪਹਿਲੀ ਵਾਰ ਸੋਹਣੀਏ ਨੀ ਮੇਰੀ ਬਾਣ ਵਾਲੇ ਮੰਜੇ ਉੱਤੇ ਅੱਖ ਨਾ ਲੱਗੇ ਤੈਨੂੰ ਵੇਖਿਆ ਜਦੋਂ ਦਾ ਪਹਿਲੀ ਵਾਰ ਸੋਹਣੀਏ ਮੇਰੀ ਬਾਣ ਵਾਲੇ ਮੰਜੇ ਉੱਤੇ ਅੱਖ ਨਾ ਲੱਗੇ ਵੇ ਤੂੰ ਦੇਸ ਵਸਾ ਲਿਆ ਕਿਹੜਾ ਪੰਛੀ ਵੀ ਮੁੜ ਘਰਾਂ ਨੂੰ ਆਉਂਦੇ ਵੇ ਕਿਉਂ ਚਿੱਤ ਨਹੀਂ ਉਹ ਕਰਦਾ ਤੇਰਾ ਹਰਤੀ ਤੇਰੀ ਵੇ ਰੱਤੀ ਤੇਰੀ ਰੱਤੀ ਤੇਰੀ ਤੇ ਢੋਲ ਮੇਰੇ ਆਲੂੰਗੀ ਓਏ ਵੱਟ ਪਵਾਉਂਦੀਆਂ ਮੇਰੇ ਸੁਣਦੀਆਂ ਡੋਰਾਂ ਵੇ ਕੋਈ ਆਉਂਦਾ ਆਉਂਦਾ ਖੋਲ ਹੋ ਗਿਆ ਆਉਂਦਾ ਆਉਂਦਾ ਹਾਣੀਆਂ ਆਉਂਦਾ ਆਉਂਦਾ ਸੋਹਣਿਆ ਆਉਂਦਾ ਆਉਂਦਾ ਖੋਲ ਹੋ ਗਿਆ ਵੇ ਮੈਂ ਦੂਰ ਤੋਂ ਪਛਾਣਦੀਆਂ ਡੋਰਾਂ ਬੱਚੇ ਟੀਚਰ ਨੂੰ ਵੀ ਕਹੋ ਨਾ ਰਵਨੀਤ ਨੇ ਆਣਾ ਤੁਸੀਂ ਜਾਓ ਉਹ ਨਹੀਂ ਯਾਰ ਉਹ ਬੇਇੱਜ਼ਤੀ ਬੜੀ ਕਰਦਾ ਆ ਰੱਖਿਆ ਇਹ ਸਾਡੇ ਚੈਨਲ ਦੇ ਹੈ ਨਾ ਮੈਡਮ ਹੈਗੇ ਨੇ ਉਹਨਾਂ ਨੇ ਰੱਖਿਆ ਚੈਨਲ ਹੈਡ ਮੈਮ ਨੇ ਤੇ ਇਹ ਤਾਂ ਰੱਖਿਆ ਵੀ ਕੰਟੀਨ ਤੋਂ ਕੰਟੀਨੀ ਮੰਡੀਰ ਆ ਖੜੀ ਹੋਈ ਹੈ ਹਾਂਜੀ ਉਹ ਤਾਂ ਬਹੁਤ ਹੁੰਦੀ ਹੈ ਹਾਂਜੀ 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 ਹੁੰਦੀ ਹੈ ਅੱਛਾ ਚਲੋ ਅੱਛਾ ਮੈਂ ਕੁਝ ਲਾਈਨਸ ਕਹੂੰਗੀ ਤੁਸੀਂ ਬੋਲ ਕੇ ਵਿਖਾਓਗੇ ਪਹਿਲਾਂ ਮੈਂ ਤਾਂ ਬੋਲੂੰਗਾ ਪਹਿਲਾਂ ਮੈਨੂੰ ਇਹ ਕਲੀਅਰ ਕਰਨ ਦੋ ਵੀ ਮੈਂ ਇਹ ਸ਼ੋਅ ਦੇ ਵਿੱਚ ਤਾਂ ਮਾੜੀ ਮੋਟਾ ਐਂਟਰਟੇਨਮੈਂਟ ਕਰਦਾ ਜੀ ਕਿਉਂਕਿ ਪਰਿਵਾਰ ਨਹੀਂ ਉਹ ਤਾਂ ਮੈਂ ਵੈਸੇ ਕਿਹਾ ਨਾ ਮੈਂ ਹੁਣ ਕਲੀਅਰ ਹੀ ਹੋਈ ਤਾਂ ਕਰਨ ਦੋ ਚਲੋ ਕਰੋ ਫਿਰ ਠੀਕ ਹੈ ਮੈਨੂੰ ਸੀਗਾ ਜੀ ਕੋਈ ਇਹੋ ਜਿਹਾ ਸ਼ੋਅ ਆਪਾਂ ਕਰੀਏ ਹਨਾ ਸਾਡੇ ਵੱਲੋਂ ਸਾਰਿਆਂ ਵੱਲੋਂ ਇਹ ਕਦਮ ਚੁੱਕਿਆ ਗਿਆ ਵੀ ਸਾਡਾ ਪਰਿਵਾਰ ਬਹਿ ਕੇ ਦੇਖ ਸਕੇ ਹਨਾ ਕਿਉਂਕਿ ਕਈ ਵਾਰ ਆਪਾਂ ਸ਼ੋਅ ਲਾਉਂਦੇ ਹਾਂ ਕਈ ਵਾਰ ਇਹੋ ਜਿਹਾ ਹੁੰਦਾ ਵੀ ਕਈ ਵਾਰ ਮੁੰਡਾ ਚੇਂਜ ਕਰ ਦਿੰਦਾ ਜਿਹਦੇ ਕੋਲ ਰਿਮੋਟ ਹੁੰਦਾ ਕੋਈ ਆਪਣਾ ਪਰਿਵਾਰ ਕੋਈ ਇਹੋ ਜਿਹਾ ਸੀਨ ਆ ਜਾਏ ਪਰ ਮੈਂ ਸਮਝਦਾ ਵੀ ਇਹ ਸ਼ੋਅ ਇਦਾਂ ਦਾ ਹੈ ਹਾਸਾ ਮਜ਼ਾਕ ਤਾਂ ਇੱਕ ਥਾਂ ਚੱਲਦਾ ਰਹਿੰਦਾ ਪਰ ਆਪਣਾ ਪਰਿਵਾਰ ਬਹਿ ਕੇ ਦੇਖ ਲੈਂਦਾ ਸ਼ੋਅ ਮੰਨਦੇ ਹੋ ਜੇ ਮੈਨੂੰ ਸਾਰੇ ਦੇਖਦੇ ਹਾਂਜੀ 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 ਜੇ ਘਰ ਦੇ ਟੀਵੀ ਬੰਦ ਕਰ ਦੇਣਾ ਸੀ ਗਵਾਂਢੀਆਂ ਦੇ ਘਰ ਜਾ ਕੇ ਦੇਖ ਲਈਦਾ ਕਿ ਰਵਨੀਤ ਨੇ ਆਉਣਾ ਬਸ ਠੀਕ ਹੈ ਥੈਂਕ ਯੂ ਸੋ ਮਚ ਜੀ ਅੱਛਾ ਤੁਸੀਂ ਬੋਲੋਗੇ ਲਾਈਨਸ ਮੈਂ ਕੋਸ਼ਿਸ਼ ਕਰਦਾ ਜੀ ਇਫ ਯੂ ਅੰਡਰਸਟੈਂਡ ਸੇ ਅੰਡਰਸਟੈਂਡ ਇਫ ਯੂ ਡੋਂਟ ਅੰਡਰਸਟੈਂਡ ਸੇ ਡੋਂਟ ਅੰਡਰਸਟੈਂਡ ਬਟ ਇਫ ਯੂ ਅੰਡਰਸਟੈਂਡ ਦੈਨ ਯੂ ਸੇ ਡੋਂਟ ਅੰਡਰਸਟੈਂਡ ਹਾਊ ਡੂ ਆਈ ਅੰਡਰਸਟੈਂਡ ਦੈਟ ਯੂ ਆਰ ਅੰਡਰਸਟੈਂਡ ਔਰ ਨਾਟ ਅੰਡਰਸਟੈਂਡ ਚਲੋ ਬੋਲੋ ਹਾਂਜੀ ਹਾਂਜੀ If I understand, if you don't understand. If you don't understand, then I understand. Then I understand if you don't understand. Whichever I understand. ਇਹ ਤਾਂ ਗਲਤ ਹੈ ਨਾ ਜਮਾ ਸਹੀ ਹੈ ਤੁਹਾਡੇ ਕੋ ਕਹਿ ਨਹੀਂ ਨਾ ਹੋਇਆ ਤੁਸੀਂ ਬਹਾਨਾ ਲੱਭਦੇ ਹੋ ਯਾਰ ਮੈਂ ਕਹਿਤਾ ਪੂਰਾ ਗੋ ਚਲੋ If you under ਬਹੁਤ ਬੋਲੀ ਕੀ ਖਾਦਾ ਅੱਜ ਕੋ ਕਹ
ਪਹਿਲਾਂ ਇਹਨੇ ਕਿਹਾ ਵੀ ਮੇਰੀ ਬੇਇੱਜ਼ਤੀ ਬੁਇੱਜ਼ਤੀ ਐ ਹੂੰ ਐ ਕਰਕੇ ਹੁਣ ਮਗਰ ਪੈ ਗਈ ਇਫ ਯੂ ਅੰਡਰ ਚਲੋ ਇਫ ਯੂ ਅੰਡਰਸਟੈਂਡ ਦੈਨ ਯੂ ਅੰਡਰਸਟੈਂਡ ਇਫ ਯੂ ਡੋਂਟ ਅੰਡਰਸਟੈਂਡ ਦੈਨ ਯੂ ਡੋਂਟ ਅੰਡਰਸਟੈਂਡ ਸੇ ਕਿੰਨੇ ਕਹਿਣਾ ਸੇ ਤੂੰ ਕਹਿ ਹੁਣ ਮੈਂ ਨਹੀਂ ਕਹਿਣਾ ਇਫ ਯੂ ਅੰਡਰਸਟੈਂਡ ਦੈਨ ਯੂ ਅੰਡਰਸਟੈਂਡ ਤੈਨੂੰ ਛੱਡ ਕੇ ਆਉਣਾ ਇਫ ਯੂ ਡੋਂਟ ਨਹੀਂ ਤੂੰ ਜਾ ਉਹ ਮੇਰੇ ਫਰੈਂਡ ਸੀ ਸੀ ਉਹ ਕਹਿੰਦੇ ਕਿ ਬਸ ਤੇ ਰੱਬ ਦਾ ਅੰਡਰਸਟੈਂਡ ਨਹੀਂ ਨਹੀਂ ਮੈਂ ਜਾਣਾ ਹੀ ਨਹੀਂ ਅੱਛਾ ਜਾਣਾ ਹੀ ਨਹੀਂ ਬਹੁਤ ਵਧੀਆ ਮੈਂ ਤੁਹਾਡੇ ਨਾਲ ਐਂਕਰੀ ਕਰਨੀ ਆ ਬੜੇ ਰਵਨੀਤ ਕਿਉਂ ਚੁਣੀ ਲਊਗਾ ਮਫਲਰ ਹੈ ਉਸ ਤੋਂ ਪਹਿਲਾਂ ਜ਼ਾਰਾ ਉਸ ਤੋਂ ਬੰਦੇ ਵਾਲਾ ਵੀ ਲਿਖਿਆ ਹੋਇਆ ਤੁਸੀਂ ਨਾ ਜੀ ਬੇਇੱਜ਼ਤੀ ਬਹੁਤ ਕਰਨੀ ਹੈ ਅੱਛਾ ਅੱਛਾ ਫਿਰ ਮੈਂ ਇੱਕ ਲਾਈਨ ਬੋਲਾਂ ਛੱਡੋ ਤੁਸੀਂ ਬੋਲੋਗੇ ਬੋਲੋ ਚਲੋ ਠੀਕ ਹੈ ਤੁਹਾਨੂੰ ਕਹਿਣੀ ਆ ਜਾਊਗੀ ਹਾਂਜੀ 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 ਚਲੋ ਠੀਕ ਆ ਕਹੋ ਫਿਰ ਇਫ ਯੂ ਅੰਡਰਸਟੈਂਡ ਦੈਨ ਇਫ ਯੂ ਡੋਟ ਅੰਡਰਸਟੈਂਡ ਦੈਨ ਯੂ ਟੂ ਅੰਡਰਸਟੈਂਡ ਕੰਮ ਕਰਕੇ ਕਰਤਾ ਦਿੱਤੀ ਨਾ ਹਾਂਜੀ ਬਸ ਠੀਕ ਆ ਥੈਂਕ ਯੂ ਹੋਰ ਗੱਲ ਬਾਤ ਫਰੈਂਡ ਨੂੰ ਵੀ ਮਿਲ ਲਓ ਨਹੀਂ ਹੁਣ ਤੇਰੇ ਗਿਰਾ ਗਿਆ ਗੱਲ ਬਾਤ ਠੀਕ ਆ ਠੀਕ ਆ ਠੀਕ ਆ ਥੈਂਕ ਯੂ ਸੋ ਮਚ ਗੀਤ ਨਹੀਂ ਸੁਣਾਉਂਗੇ ਨਹੀਂ ਨਹੀਂ ਮੈਨੂੰ ਗਾਉਣ ਦਾ ਸ਼ੌਂਕ ਨਹੀਂ ਸੁਣਨ ਦਾ ਸ਼ੌਂਕ ਆ ਗੀ ਓਕੇ ਉਹ ਤੁਹਾਡੀ ਫਰੈਂਡ ਗਾਉਂਦੇ ਆ ਪਰਖੀਆਂ ਜਾਣੀਆਂ ਯਾਰਾਂ ਦੀਆਂ ਯਾਰੀਆਂ ਬੜੇ ਇਮਤਿਹਾਨ ਆਉਣੇ ਆ ਜ਼ਿੰਦਗੀ ਦੇ ਰਸਤੇ ਤੇ ਚੱਲਦੇ ਬੜੇ ਪਲਵਾਨ ਆਉਣੇ ਆ ਬਹੁਤ ਸੋਹਣੀ ਪੱਗ ਬਾਈ ਬਸ ਭਾਜੀ ਮਾਣ ਹੀ ਨੀ ਕੀਤਾ ਹੈਗਾ ਸੋਹਣੀ ਬੰਨੀ ਹੈ ਰੰਗ ਵੀ ਸੋਹਣਾ ਠੀਕ ਹੈ ਸ਼ੌਂਕ ਜੀ ਭਾਜੀ ਦੋ ਸ਼ੌਂਕ ਮਿੱਤਰਾਂ ਦੇ ਪਾਉਣਾ ਭੰਗੜਾ ਤੇ ਖੇਡਣੀ ਕਬੱਡੀ ਟਾਈਮ ਮਿਲ ਜੇ ਤੇ ਗੁੱਲੀ ਡੰਡਾ ਵੀ ਖੇਡ ਲਈਦਾ ਨਾ ਵਧੀਆ 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 ਗੁੱਲੀ ਡੰਡਾ ਵੀ ਖੇਡਣਾ ਚਾਹੀਦਾ ਤੇ ਗੀਤ ਵੀ ਸੁਣਾ ਲੈਂਦੇ ਹਾਂਜੀ ਭਾਜੀ ਸੁਣਾਓ ਜੀ ਫਿਰ ਉਹ ਪੱਕੀ ਰੈੱਡ ਲਾਈਟਾਂ ਉੱਤੇ ਖੜ ਗਈ ਉਹ ਲੱਗੇ ਉੱਚੀਆਂ ਪੜ੍ਹਾਈਆਂ ਉਹ ਪੜ ਗਈ ਹੋਏ ਉਹ ਉੱਚੀਆਂ ਪੜ੍ਹਾਈਆਂ ਲੱਗੇ ਪੜ ਗਈ ਉਹ ਪੱਕੀ ਰੈੱਡ ਲਾਈਟਾਂ ਉੱਤੇ ਖੜ ਗਈ ਜਿਹਦੇ ਕਰਕੇ ਅਸੀਂ ਮੋੜ ਤੇ ਖਲਾਉਂਦੇ ਉਹ ਹੋ ਗਈ ਪੁਲਿਸ ਵਿੱਚ ਭਰਤੀ ਯਾਰ ਹੁਣ ਅੱਜ ਵੀ ਚਲਾਨ ਕਟਾਉਂਦੇ ਉਹ ਹੋ ਗਈ ਪੁਲਿਸ ਵਿੱਚ ਭਰਤੀ ਯਾਰ ਅੱਜ ਵੀ ਚਲਾਨ ਕਟਾਉਂਦੇ ਜਾਣਾ ਸੁਬਾ ਸੁਬਾ ਉਹਦੀ ਬੱਸ ਆ ਜੂਗੀ ਦੇਖ ਕੇ ਤੇ ਸਾਨੂੰ ਨਜ਼ਰ ਮਿਲ ਜੂਗੀ ਬੱਸ ਤੋਂ ਉਹ ਜਿਪਸੀ ਦੇ ਤੱਕ ਹੋ ਗਈ ਉਹਦੀ ਟੋਰ ਯਾਰ ਹੱਦੋਂ ਵੱਧ ਹੋ ਗਈ ਤੇ ਯਾਰ ਅੱਜ ਵੀ ਬੱਸ ਪਿੱਛੇ ਲਿਖੇ ਸ਼ੇਰ ਨੂੰ ਗਾਉਂਦੇ ਉਹ ਹੋ ਗਈ ਪੁਲਿਸ ਵਿੱਚ ਭਰਤੀ ਯਾਰ ਹੁਣ ਅੱਜ ਵੀ ਚਲਾਨ ਕਟਾਉਂਦੇ ਸਾਰੇ ਵੱਡੇ ਰਾਤ ਸਾਰੀ ਰਾਤ ਉਹ ਕਰੂਗੀ ਸਵਾਲ ਭਾਜੀ ਇੱਕ ਟੱਪਾ ਗਾ ਲੈ ਮਾਰ ਮਾਰ ਡੰਡੇ ਪਤਾ ਨਹੀਂ ਕੀ ਕੁਝ ਕਰੂਗੀ ਲਾਲ ਉਹ ਹੋ ਗਈ ਪੁਲਿਸ ਵਿੱਚ ਭਰਤੀ ਯਾਰ ਹੁਣ ਅੱਜ ਵੀ ਚਲਾਨ ਕਟਾਉਂਦੇ ਉਹ ਹੋ ਗਈ ਪੁਲਿਸ ਵਿੱਚ ਭਰਤੀ ਯਾਰ ਅੱਜ ਵੀ ਚਲਾਨ ਕਟਾਉਂਦੇ ਕਰਤਾਰਪੁਰ ਤੋਂ ਫਰਨੀਚਰ ਵਧੀਆ ਇੱਥੇ
ਤੁਹਾਨੂੰ ਕੀ ਪਤਾ ਛੋਟਾ ਜਿਹਾ ਮੰਜਾ ਜੀ ਤੇ ਤੁਹਾਨੂੰ ਐਂ ਕਰੋ ਮੰਜਾ ਵੀ ਰਹਿਣ ਦੋ ਤੂੰ ਜਵਾਕ ਤੂੰ ਨਹੀਂ ਹੁੰਦਾ ਝੂਲਾ ਜਿਹਾ ਤੁਸੀਂ ਬੇਇੱਜ਼ਤੀ ਨਾ ਕਰੋ ਬੇਇੱਜ਼ਤੀ ਨਹੀਂ ਹੈਗੀ ਨਾਲੇ ਤਾਂ ਮੰਮੀ ਐਂ ਕਰ ਦਿਆ ਕਰੂ ਇੱਕ ਵਾਰੀ ਨਾਲੇ ਰੋਟੀ ਟੁੱਕਣੇ ਕੀ ਨਾਂ ਤੁਹਾਡਾ ਅੰਕਿਤਾ ਮੇਰੇ ਪੁੱਤ ਅੰਕਿਤਾ ਬੇਇੱਜ਼ਤੀ ਕਰਦੇ ਤੁਸੀਂ ਹੋ ਜਾ ਹੋਰ ਨਾ ਟਰਾਈ ਕਰਦੇ ਜਾਂਦੇ ਆ ਉਹ ਨਹੀਂ ਡਰਾਉਣਾ ਕਿੱਥੇ ਡਰਾਉ ਮੈਂ ਆਪ ਡਰ ਰਿਹਾ ਤੇਰੇ ਤੋਂ ਨਾ ਵਧੀਆ ਨਹੀਂ ਵਧੀਆ ਆ ਰਾਜਕੁਮਾਰ ਰਾਜਕੁਮਾਰ ਜੀ ਕਹਾਂ ਕੇ ਰਾਜਕੁਮਾਰ ਹੋ ਕਰਤਾਰਪੁਰ ਕੇ ਕਰਤਾਰਪੁਰ ਕੇ ਰਾਜਕੁਮਾਰ ਹੋ ਓਕੇ ਰਾਜਕੁਮਾਰ ਲਿਸਾ ਬਹੁਤ ਹੈ ਯਹਾਂ ਕਾ ਹੋ ਜਾਗੇ ਕੈਮ ਓ ਹੋ ਕੈਮ ਕੈਮ ਜੀ ਹੋ ਕਿਹਦੇ ਲਈ ਗਾਣਾ ਗਾਓਗੇ ਰਾਜਕੁਮਾਰੀ ਲਈ ਕਿ ਸਾਹ ਲਈ ਜਿਹਦੇ ਲਈ ਮਰਜ਼ੀ ਚਲੋ ਸੁਣਾਓ ਫਿਰ ਬਾਈ ਪਹਿਲਾਂ ਪੁੱਛ ਕੇ ਤੁਰਾ ਮੇਰੇ ਕੋਲ ਆਉਂਦੀ ਸੀ ਅੱਜ ਕਿੱਥੇ ਗਈ ਉਹ ਚਾਹ ਮੇਰੀ ਯਾਦ ਆਉਂਦੀ ਸੀ ਪਹਿਲਾਂ ਪੁੱਛ ਕੇ ਤੁਰਾ ਮੇਰੇ ਕੋਲ ਆਉਂਦੀ ਸੀ ਅੱਜ ਕਿੱਥੇ ਗਈ ਉਹ ਚਾਹ ਮੇਰੀ ਯਾਦ ਆਉਂਦੀ ਸੀ ਉਹ ਪਾ ਗਈ ਰੋਣਾ ਸਾਡੇ ਪੱਲੇ ਹਰ ਸਾਲੀ ਬੱਲੀਏ ਰੋਣਾ ਸਾਡੇ ਪੱਲੇ ਹਰ ਸਾਲੀ ਬੱਲੀਏ ਨੀ ਇੰਨਾ ਕਰਦੀ ਕਰਦੀ ਹੁੰਦੀ ਸੀ ਤੂੰ ਪਿਆਰ ਬੱਲੀਏ ਨੀ ਇੰਨਾ ਕਰਦੀ ਕਰਦੀ ਹੁੰਦੀ ਸੀ ਤੂੰ ਪਿਆਰ ਬੱਲੀਏ ਨੀ ਕਰਦੀ ਸੱਸ ਮੇਰੀ ਨੇ ਜੋੜੇ ਜੰਮੇ ਸੱਸ ਮੇਰੀ ਨੇ ਜੋੜੇ ਜੰਮੇ ਜੰਮੇ ਰੋਣੇ ਪਾਉਣੇ ਕਹਿੰਦੇ ਲਾਲ ਪਜਾਮੇ ਪਾਉਣ ਕਹਿੰਦੇ ਲਾਲ ਪਜਾਮੇ ਪਾਉਣੇ ਕਹਿੰਦੇ ਲਾਲ ਪਜਾਮੇ ਪਾਉਣੇ ਬੋਲੀ ਪਾਈਏ ਤਾਂ ਬੋਲੀ ਪਾਈਏ ਲੱਲੇ ਕਾਰ ਕੇ ਬੋਲੀ ਪਾਈਏ ਤਾਂ ਬੋਲੀ ਪਾਈਏ ਲੱਲੇ ਕਾਰ ਕੇ ਆਸ਼ਿਕਾ ਦਾ ਦਿਲ ਤੋੜ ਦਈਏ ਏਡੀ ਮਾਰ ਕੇ ਆਸ਼ਿਕਾ ਦਾ ਦਿਲ ਤੋੜ ਦਈਏ ਏਡੀ ਮਾਰ ਕੇ ਕੀ ਨਾਂ ਜੀ ਮਨੀਕਰਨ ਸਿੰਘ ਮਨੀਕਰਨ ਸਿੰਘ ਓਕੇ ਬਹੁਤ ਸੋਹਣੀ ਪੱਗ ਵੀਰੇ ਸ਼ੌਂਕ ਜੀ ਹੋਬੀਜ਼ ਸ਼ੌਂਕ ਭਾਜੀ ਇੱਕ ਗਾਣੇ ਗੁਣੇ ਗਾ ਲਈਦੀ ਮਾੜੇ ਮੋਟੇ ਅੱਛਾ ਜੀ ਅਤੇ ਮਿਮਿਕਰੀ ਕਰ ਲਈਦੀ ਮਾੜੀ ਮੋਟੀ ਮਿਮਿਕਰੀ ਹਾਂਜੀ ਉਹ ਕਰਕੇ ਦਿਖਾਓ ਜੀ ਕਿਹਦੀ ਲਾਓਗੇ ਜੀ ਬਣ ਜਾ ਰਹੀ ਜੀ ਜਿਹੜਾ ਮੰਗਿਆ ਜਿਹੜੇ ਬੰਗਾ ਵੇਚਦੇ ਹਾਂਜੀ ਹਾਂਜੀ ਆਓ ਜਾਓ ਇਹ ਮੰਗਾ ਚੂੜੀਆਂ ਘੱਚ ਦੇ ਰਵੜ ਦੀਆਂ ਘਾਂਗੇ ਸ਼ੀਸ਼ੇ ਇਹ ਕੰਨ ਬਣਾਲੇ ਨੱਕ ਬਣਾਲੇ ਕੋਕੇ ਬਲੇ ਮੰਗਾ ਚੂੜੀਆਂ ਘੱਚ ਦੇ ਰਵੜ ਦੀਆਂ ਘਾਂਗੇ ਸ਼ੀਸ਼ੇ ਇਹ ਕੰਨ ਬਣਾਲੇ ਨੱਕ ਬਣਾਲੇ ਕੋਕੇ ਬਲੇ ਕਾਗਜੀ ਨਿੰਬੂ ਕਰਤਾਰਪੁਰ ਦੀ ਦਾਲ ਹੈ ਜੋ ਖਾਊਗਾ ਕਰੂਗਾ ਯਾਦ ਹੈ ਕਰਤਾਰਪੁਰ ਦੀ ਦਾਲ ਹੈ ਕਾਗਜੀ ਨਿੰਬੂ ਕਰਤਾਰਪੁਰ ਮੈਂ ਦਾਲਾਂ ਵੀ ਨਾਲ ਹੈ ਹਾਂ ਇਕੱਠੇ ਆਪਾਂ ਬੱਸਾਂ ਫੜਿਆ ਕਰਾਂਗੇ ਵਧੀਆ ਨਾਲੇ ਕਮਾਈ ਲੜਨਾ ਨਹੀਂ ਪਰ ਠੀਕ ਹੈ ਜੀ ਹੋਰ ਗਾਣਾ ਉਹ ਮੇਰੇ ਵੀਰ ਨੇ ਗਾਣਾ ਲਿਖਿਆ ਇੰਦਰਜੀਤ ਸਿੰਘ ਨੇ ਹਾਂਜੀ 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 ਉਹ ਜਿਹੜੀ ਥੱਲੇ ਡਿੱਗੀਆਂ ਸੀ ਰਹਿੰਦੀ ਚੀਜ਼ਾਂ ਚੁੱਕਦੀ ਮੂੰਹ ਦੇ ਵਿੱਚ ਵਾਲ ਪਾ ਕੇ ਸਿੱਗੀ ਰਹਿੰਦੀ ਟੁੱਕਦੀ ਉਹ ਅੱਜ ਚੰਗੇ ਦਿਨ ਆ ਗਏ ਫਿਰੇ ਟੌਪ ਜੀਨ ਪਾ ਕੇ ਮੁੰਡੇ ਆਖ ਕੇ ਬੁਲਾਉਣੇ ਉਹਨੂੰ ਬੂਟੀ ਭੰਗਦੀ ਜਿਹੜੀ ਕੁਲਫੀਲੀ ਪੈ ਸੀਗੀ ਸਾਥੋਂ ਮੰਗਦੀ ਅੱਜ ਪੈਸੇ ਚਾਰ ਆ ਗਏ ਪਰਾਂ ਹੋ ਕੇ ਲੰਘਦੀ ਉਹ ਜਿਹੜੀ ਹੁੰਦੀ ਸੀ ਸ਼ਕੀਨ ਐਤਵਾਰ ਸੇਲਦੀ ਅੱਜ ਪਾ ਕੇ ਐਡੀਡਸ ਉਹ ਫਿਰੇ ਮੇਲਦੀ ਉਹ ਪਹਿਲਾਂ ਪਾਉਂਦੀ ਸੀਗੀ ਸੂਟ ਨਾਲ ਲੈਟਾਂ ਵਾਲੇ ਬੂਟ ਪਹਿਲਾਂ ਹੁੰਦੀ ਸੀਗੀ ਖਰੀ ਨਾ ਰਹੀ ਹੈ ਢੰਗ ਦੀ ਉਹ ਜਿਹੜੀ ਕੁੱਲ ਮਿਲੀ ਪੈ ਸੀਗੀ ਸਾਥੋਂ ਮੰਗਦੀ ਅੱਜ ਪੈ ਚਾਰ ਆ ਗਏ ਪਰਾਂ ਹੋ ਕੇ ਲੰਘਦੀ ਬਹੁਤ ਅੱਛੇ ਉਹ ਸੀਗੀ ਸ਼ੱਕਦੀ ਸ਼ਬੀਲਾ ਨਾਲੇ ਘਰੇ ਖੜਦੀ ਜਿੱਥੇ ਹੁੰਦਾ ਸੀ ਲੰਘਰ ਉੱਥੇ ਜਾ ਵੜਦੀ ਉਹ ਹੁਣ ਰੱਬ ਨਾ ਤੇ ਆਉਂਦੀ ਉੱਚੇ ਉੱਚੇ ਟੋਪ ਪਾਉਂਦੀ ਨਾਲੇ ਬੜੀ ਆ ਸ਼ਕੀਨ ਕਹਿੰਦੇ ਜੀਨ ਤੰਗ ਦੀ ਉਹ ਜਿਹੜੀ ਕੁਲਫੀਲੀ ਪੈ ਸੀਗੀ ਸਾਥੋਂ ਮੰਗਦੀ ਅੱਜ ਪੈਸੇ ਚਾਰੇ ਆ ਗਏ ਪਰਾਂ ਹੋ ਕੇ ਲੰਘਦੀ ਜਿਹੜੀ ਕੁਲਫੀਲੀ ਪੈ ਸੀਗੀ ਸਾਥੋਂ ਮੰਗਦੀ ਅੱਜ ਪੈਸੇ ਚਾਰੇ ਆ ਗਏ ਪਰਾਂ ਹੋ ਕੇ ਲੰਘਦੀ ਇੰਦਰਜੀਤ ਕੋ ਆ ਜਾਓ ਕੁਲਫੀ ਐਂ ਐਂ ਕਰਦੀ ਆ ਜੀ ਬਹੁਤ ਵਧੀਆ ਲਿਖਿਆ ਜੀ ਹੋਰ ਵੀ ਲਿਖਿਆ ਕੁਛ ਇਹੋ ਜਿਹਾ ਅੱਥਰੇ ਜੇ ਸ਼ੌਂਕ ਬੀਬਾ ਸਾਰੇ ਰੱਖੇ ਆ ਯਾਰ ਤਿੰਨ ਚਾਰ ਜਾਣ ਤੋਂ ਪਿਆਰੇ ਰੱਖੇ ਆ ਮਾੜਾ ਕਦੇ ਨਾ ਜਵਾਨੋਂ ਬੋਲਦੇ ਚੰਗੀ ਸਿਹਤ ਦਈਏ ਸਦਾ ਜੱਗ ਨੂੰ ਇੱਕ ਰੋਹਬ ਪੂਰਾ ਮੁੱਛ ਰੱਖੀ ਆ ਦੂਜੇ ਵੱਜਦੇ ਸਲੂਟ ਪੱਗ ਨੂੰ ਇੱਕ ਰੋਹਬ ਪੂਰਾ ਮੁੱਛ ਰੱਖੀ ਆ ਦੂਜੇ ਵੱਜਦੇ ਸਲੂਟ ਪੱਗ ਨੂੰ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਂ ਤੁਹਾਡਾ ਰੁਸ਼ਾਲੀ ਹਾਂਜੀ ਰੁਸ਼ਾਲੀ ਰੁਸ਼ਾਲੀ ਓਕੇ ਜੀ ਕੀ ਸ਼ੌਂਕ ਹੈ ਤੁਹਾਡੇ ਬਸ ਭੰਗੜਾ ਕਰਦੇ ਓਕੇ ਭੰਗੜਾ ਕਰੋਗੇ ਜੀ ਹੁਣ Thank you.
ਮੈਂ ਤੁਹਾਡੇ ਵਾਲ ਵਾਵਾਂ ਵਿੱਚੋਂ ਨਿਕਲੀ ਜੂ ਮੈਂ ਤੁਹਾਡੇ ਚਲੋ ਜੀ ਹੁਣ ਮੇਰਾ ਹੋ ਚੁੱਕਿਆ ਜੀ ਬ੍ਰੇਕ ਦਾ ਮਿਲਦੇ ਆ ਜੀ ਇੱਕ ਛੋਟੇ ਜੇ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਹੈ ਤੁਹਾਡੇ ਆਪਣੇ ਫੇਵਰੇਟ ਸ਼ੋਅ ਕੰਟੀਨੀ ਮੰਡੀਰ ਦੇ ਵਿੱਚ ਮਾਤਾ ਗੁਜਰੀ ਖਾਲਸਾ ਕਾਲਜ ਜਿਹੜਾ ਕਿ ਕਰਤਾਰਪੁਰ ਦੇ ਵਿੱਚ ਪੈਂਦਾ ਪੂਰੀਆਂ ਰੌਣਕਾਂ ਲੱਗੀਆਂ ਹੋਈਆਂ ਨੇ ਜੀ ਅਤੇ ਹੁਣ ਵੇਲਾ ਹੋ ਚੁੱਕਿਆ ਜੀ ਆਪਣੇ ਟੀਚਰ ਸਾਹਿਬਾਨਾਂ ਦੇ ਨਾਲ ਇੱਥੋਂ ਦੇ ਪ੍ਰੋਫੈਸਰ ਸਾਹਿਬਾਨਾਂ ਨਾਲ ਆਪਾਂ ਗੱਲ ਕਰਦੇ ਹਾਂ ਜੀ ਸਤਿ ਸ਼੍ਰੀ ਅਕਾਲ ਸਰ ਜੀ ਕੀ ਹਾਲ ਚਾਲ ਜੀ ਠੀਕ ਠਾਕ ਵਧੀਆ ਮੈਂ ਹਜ਼ਾਰੋਂ ਤੁਸੀਂ ਦਿਓ ਜੀ ਮੈਨੂੰ ਦੇਖ ਲਿਆ ਪਹਿਲਾਂ ਵੀ ਇਹ ਮਾਨ ਸਨਮਾਨ ਕਰਨਗੇ ਥੈਂਕ ਯੂ ਸੋ ਮਚ ਸਰ ਥੈਂਕ ਯੂ ਜੀ ਸਟਾਰ ਰਵਨੀਤ ਨੂੰ ਵੈਲਕਮ ਕਰਦੇ ਹਾਂ ਕਮਾਲ ਦਾ ਅਹਿਸਾਸ ਹੁੰਦਾ ਪਿਆ ਮੈਂ ਦੱਸਦਾ ਜੀ ਡਾਕਟਰ ਜਸਵੀਰ ਸਿੰਘ ਇਹਨਾਂ ਦਾ ਨਾਂ ਹੈ ਜੀ ਇਹ ਇੱਥੇ ਪ੍ਰਿੰਸੀਪਲ ਨੇ ਨਵਾਂ ਕਾਲਜ ਖੁੱਲ੍ਹਿਆ ਜੀ ਅਤੇ ਇਹ ਪਹਿਲੇ ਪ੍ਰਿੰਸੀਪਲ ਨੇ ਅਤੇ ਇਹਨਾਂ ਦੀ ਸਾਡੇ ਪਰਿਵਾਰ ਨਾਲ ਬਹੁਤ ਚਿਰ ਤੋਂ ਸਾਂਝ ਹੈ ਮੇਰੇ ਫਾਦਰ ਸਾਹਿਬ ਦੇ ਬਹੁਤ ਕਲੋਜ਼ ਫਰੈਂਡ ਨੇ ਜਿਉਂ ਦਾ ਮੈਂ ਛੋਟਾ ਸੀਗਾ ਆਈ ਥਿੰਕ ਪੰਜਵੀਂ ਦੀ ਗੱਲ ਹੈ ਜੀ ਪੰਜਵੀਂ ਛੇਵੀਂ ਦੀ ਗੱਲ ਹੈ ਜੀ ਅਤੇ ਇਹ ਮੈਨੂੰ ਸ਼ੁਰੂ ਤੋਂ ਗਾਈਡ ਕਰਦੇ ਆਏ ਕਦੇ ਮੈਂ ਇਹਨਾਂ ਦੀ ਨੇਚਰ ਦੇ ਵਿੱਚ ਕਦੇ ਗੁੱਸਾ ਨਹੀਂ ਦੇਖਿਆ ਅਤੇ ਸਾਡੇ ਪਰਿਵਾਰ ਨਾਲ ਹਮੇਸ਼ਾ ਸੁੱਖ ਦੁੱਖ ਦੇ ਵਿੱਚ ਇਹ ਸਾਡੇ ਨਾਲ ਰਹੇ ਨੇ ਬਾਕੀ ਜਿਹੜੇ ਇਹਨਾਂ ਦੇ ਵਾਈਫ ਨੇ ਦੱਸਦਾ ਜੀ ਦੱਸਦਾ ਦੱਸ ਜਿਹੜੇ ਇਹਨਾਂ ਦੇ ਵਾਈਫ ਨੇ ਦੱਸਦਾ ਜੀ ਘਬਰਾ ਕੇ ਰਹੇ ਹੋ ਵਾਈਫ ਦੀ ਵਾਈਫ ਹੱਸਣ ਵਾਲੀ ਕੋਈ ਗੱਲ ਨਹੀਂ ਜਿਹੜੇ ਇਹਨਾਂ ਦੇ ਵਾਈਫ ਨੇ ਮਿਸਿਸ ਪਰਮਿੰਦਰ ਕੌਰ ਉਹਨਾਂ ਕੋਲੋਂ ਵੀ ਮੈਂ ਪੜ੍ਹਿਆ ਜੀ ਅਤੇ ਉਦੋਂ ਵੀ ਭੰਗੜਾ ਪਾਉਂਦਾ ਹੁੰਦਾ ਸੀ ਸਕੂਲ ਦੇ ਵਿੱਚ ਉਹਨਾਂ ਨੇ ਵੀ ਕੰਨ ਪੁੱਟੇ ਆ ਜੀ ਉਹਨਾਂ ਦੇ ਪਿਆਰ ਅਤੇ ਉਹਨਾਂ ਦੀਆਂ ਝਿੜਕਾਂ ਦੇ ਨਾਲ ਹੀ ਜੋ ਮੈਂ ਬਣ ਗਿਆ ਬਣ ਗਿਆ ਅਤੇ ਉਹਨਾਂ ਦੇ ਪਿਆਰ ਅਤੇ ਉਹਨਾਂ ਦੀਆਂ ਝਿੜਕਾਂ ਦੇ ਨਾਲ ਹੀ ਅੱਜ ਵੀ ਪ੍ਰਿੰਸੀਪਲ ਬਣ ਗਏ ਮੰਨਦੇ ਹੋ ਜੀ ਬਿਲਕੁਲ ਹੋਰ ਸੁਣਾਓ ਜੀ ਬਹੁਤ ਵਧੀਆ ਅਤੇ MH1 ਦੇ ਜਿਹੜੇ ਦਰਸ਼ਕ ਨੇ ਮੈਂ ਦੱਸਣਾ ਚਾਹੁੰਦਾ ਕਿ ਰਵਨੀਤ ਰਾਤੋਂ ਰਾਤ ਸਟਾਰ ਨਹੀਂ ਬਣਿਆ ਇਹ ਉਦੋਂ ਤੋਂ ਹੀ ਇੰਨਾ ਹੀ ਕੌਨਫੀਡੈਂਟ ਸੀ ਇੰਨਾ ਹੀ ਟੈਲੈਂਟਡ ਸੀ ਇੰਨਾ ਹੀ ਮਿਹਨਤੀ ਸੀ ਇਹ ਬਹੁਤ ਵਧੀਆ ਗੀਤ ਗਾ ਸਕਦਾ ਬਹੁਤ ਵਧੀਆ ਡਾਂਸ ਕਰ ਸਕਦਾ ਬਹੁਤ ਵਧੀਆ ਸਕਿੱਟ ਡਰਾਮਾ ਕਰ ਸਕਦਾ ਇਹ ਬਚਪਨ ਤੋਂ ਐਕਟਰ ਹੈ ਅਤੇ ਇਹਨੇ ਆਪਣੇ ਹੁਨਰ ਨੂੰ ਡਿਵੈਲਪ ਕੀਤਾ ਅਤੇ ਇਸ ਗੱਲ 'ਤੇ ਸਾਡੇ ਕਾਲਜ ਆਉਣ 'ਤੇ ਕਿਸੇ ਸਟਾਰ ਨੂੰ ਵੈਲਕਮ ਕਰਨਾ ਇੱਕ ਗੱਲ ਹੁੰਦੀ ਪਰ ਘਰ ਦੇ ਬੰਦੇ ਜਦੋਂ ਸਟਾਰ ਬਣੇ ਹੁਣ ਉਹਨਾਂ ਨੂੰ ਵੈਲਕਮ ਕਰਦਿਆਂ ਬੜਾ ਮਾਣ ਮਹਿਸੂਸ ਹੁੰਦਾ ਥੈਂਕ ਯੂ ਸੋ ਮਚ ਜੀ ਕਾਲਜ ਤੁਸੀਂ ਪਹਿਲੇ ਪ੍ਰਿੰਸੀਪਲ ਹੋ ਜੀ ਕਾਲਜ ਸ਼ੁਰੂ ਹੋ ਗਿਆ ਹੁਣ ਕਦੋਂ ਸ਼ੁਰੂ ਹੋਇਆ ਸੀਗਾ ਕਿਹੜੇ ਕਿਹੜੇ ਕੋਰਸ ਪਿਛਲੇ ਸਾਲ 2014 'ਚ ਕਾਲਜ ਸ਼ੁਰੂ ਹੋਇਆ ਓਕੇ ਜੀ +1-2 ਦੇ ਸਾਇੰਸ ਕਮਰਸ ਆਰਟਸ BSc BCOM ਪ੍ਰੋਫੈਸ਼ਨਲ BCOM ਰੈਗੂਲਰ BCA BA DCA DST PGDCA ਦੇ ਕੋਰਸ ਬੜੀ ਸਫਲਤਾ ਨਾਲ ਚੱਲਦੇ ਪਏ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੂਥ ਫੈਸਟੀਵਲ ਵਿੱਚ ਅਸੀਂ 3rd ਓਵਰਆਲ ਟਰਾਫੀ ਲਈ ਹੈ ਅਤੇ ਉਹ ਸਾਨੂੰ ਇਵੇਂ ਲੱਗਦਾ ਜਿਵੇਂ 1st ਹੀ ਲਈ ਹੋਏ ਕਿਉਂਕਿ ਕਾਲਜ ਬੜੇ ਮੁੱਢਲੇ ਪੜਾ ਤੇ ਵੇ ਬਿਲਕੁਲ ਅਤੇ ਹੋਰ ਵੀ ਬੱਚਿਆਂ ਨੇ ਦਸਤਕ ਦੇਣੀ ਸ਼ੁਰੂ ਕਰ ਦਿੱਤੀ ਡਿਫਰੈਂਟ ਫੀਲਡਸ ਵਿੱਚ ਅਤੇ ਆਉਣ ਵਾਲੇ ਦਿਨਾਂ 'ਚ ਸਾਨੂੰ ਲੱਗਦਾ ਵੀ ਇਹ ਕਾਲਜ ਬਹੁਤ ਵੱਡਾ ਕਾਲਜ ਬਣੇਗਾ ਅਤੇ ਕੰਟੀਨਿਊ ਮੰਡੀਰ ਦੇਖਣ ਤੋਂ ਬਾਅਦ ਹੁਣ ਬੱਚਿਆਂ ਨੂੰ ਲੱਗ ਜਾਣਾ ਸਾਡਾ ਕਾਲਜ ਸੱਚੀ ਬਹੁਤ ਵੱਡਾ ਹੈ ਨਹੀਂ ਥੈਂਕ ਯੂ ਸੋ ਮਚ ਮੈਨੂੰ ਬਹੁਤ ਖੁਸ਼ੀ ਹੋਈ ਤੁਸੀਂ ਬੁਲਾਇਆ ਥੈਂਕ ਯੂ ਸੋ ਮਚ ਸੋ ਇਸ ਸ਼ਾਨਦਾਰ ਕੈਂਪਸ ਦੇ ਸ਼ਾਨਦਾਰ ਕਾਲਜ ਦੇ ਵਾਈਸ ਪ੍ਰਿੰਸੀਪਲ ਮੈਮ ਸਾਡੇ ਵਿੱਚ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਜੀ ਠੀਕ ਹੈ ਤੇ ਤੁਹਾਡਾ ਸ਼ੁਭ ਨਾਮ ਜੀ ਡਾਕਟਰ ਅਮਨਦੀਪ ਹੀਰਾ ਡਾਕਟਰ ਅਮਨਦੀਪ ਮੈਮ ਕਿੱਦਾਂ ਦਾ ਲੱਗਿਆ ਜੀ ਕਾਲਜ ਹਜੇ ਤਾਂ ਹੁਣ ਤੱਕ ਸਫ਼ਰ ਕਿੱਦਾਂ ਦਾ ਲੰਘਿਆ ਜੀ ਬਹੁਤ ਵਧੀਆ ਵੈਸੇ ਤੁਹਾਡਾ ਸਬਜੈਕਟ ਕਿਹੜਾ ਜੀ ਮੇਰਾ ਪੰਜਾਬੀ ਆ ਪੰਜਾਬੀ ਫਿਰ ਤਾਂ ਅੱਛਾ ਮੈਂ ਤੁਹਾਨੂੰ ਦੱਸਦਾ ਪ੍ਰਿੰਸੀਪਲ ਸਰ ਵੀ ਪੰਜਾਬੀ ਵਾਲੇ ਜੀ ਕਿ ਤੁਸੀਂ ਪੰਜਾਬੀ ਵਾਲੇ ਬਹੁਤ ਵਧੀਆ ਜੀ ਬਹੁਤ ਵਧੀਆ ਰਲ ਕੇ ਸੇਵਾ ਕਰਦੇ ਰਹੋ ਜੀ ਥੈਂਕ ਯੂ ਸੋ ਮਚ ਬਹੁਤ ਬਹੁਤ ਗੱਲ ਕਰਕੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸ਼ੁਭ ਨਾਮ ਜੀ ਮੇਰਾ ਸ਼ੁਭ ਨਾਮ ਅਮਨਦੀਪ ਸਿੰਘ ਅਮਨਦੀਪ ਸਿੰਘ ਜੀ ਓਕੇ ਓਕੇ ਵਿਆਹ ਹੋ ਗਿਆ ਜੀ ਸਰ ਨਹੀਂ ਹਲੇ ਨਹੀਂ ਹੋਇਆ ਜੀ ਹਾਂਜੀ ਬਹੁਤ ਵਧੀਆ ਦੱਸਤਾ ਜੀ ਬਹੁਤ ਵਧੀਆ ਦੱਸਤਾ ਇੰਗੇਜਮੈਂਟ ਹੋ ਗਈ ਜੀ ਹਾਂਜੀ ਓਕੇ ਜੀ ਓਕੇ ਵਧੀਆ ਲੱਗ ਰਹੀ ਹੈ ਇੰਗੇਜਮੈਂਟ ਕਰਾ ਕੇ ਹਾਂਜੀ ਸਾਰਿਆਂ ਨੂੰ ਵਧੀਆ ਲੱਗਦੀ ਜੀ ਤੁਹਾਡੀ ਹੋਈ ਫੋਨ ਨੂੰ ਵਧੀਆ ਲੱਗ ਰਿਹਾ ਮੈਂ ਕਿਹਾ ਸਾਰਿਆਂ ਨੂੰ ਲੱਗਦੀ ਤੁਹਾਡੀ ਹੋਈ ਤੁਹਾਨੂੰ ਲੱਗ ਰਿਹਾ ਇਹ ਫਸ ਗਿਆ ਫੋਨ ਨੂੰ ਵਧੀਆ ਲੱਗ ਰਿਹਾ ਕਹਿੰਦੇ ਜਦੋਂ ਜਾਨ ਕੜਿੱਕੀ 'ਚ ਆਈ ਹੋਵੇ ਤਾਂ ਕਿਹਨੂੰ ਵਧੀਆ ਲੱਗਦਾ ਅੱਛਾ ਜਾਨ ਕੜਿੱਕੀ 'ਚ ਹਜੇ ਤਾਂ ਫੋਰ ਵੀ ਆਉਣੀ ਹੈ ਹਜੇ ਜਾਨ ਵੀ ਕੜਿੱਕੀ 'ਚ ਆਉਣੀ ਹੈ ਤੇ ਜਾਨ ਨੇ ਤੁਹਾਡੇ ਘਰੇ ਵੀ ਆਉਣਾ ਹਜੇ ਵਾਹ ਜੀ ਤੇ ਹੋਰ ਸ਼ੌਂਕ ਜੀ ਸ਼ੌਂਕ ਬਸ ਮੈਂ 뮤직 ਦਾ ਪ੍ਰੋਫੈਸਰ ਸੁਣਾਓ ਜੀ ਕੀ ਆਪੇ ਕੱਲਿਆ ਨਹੀਂ ਮੈਂ ਨਾਲ ਮੰਜੀ ਦੇ ਤੇ ਆਪੇ ਪਛਤਾਉਣੀਆਂ ਕੱਲ ਕੇ ਜਾਵੋ ਨੀ ਕੋਈ ਮੋੜ ਲਿਆਵੋ ਤੁਸੀਂ ਸਾਰੀਆਂ ਸਹੀਆਂ ਰਲ ਕੇ ਲੱਗ ਗਏ ਨੈਣ ਅਵੇੜੇ ਲੱਗ ਗਏ ਨੈਣ ਅਵੇੜੇ ਲੱਗ ਗਏ ਨੈਣ ਅਵੇੜੇ ਵੇ ਲੱਗ ਗਏ ਨੈਣ ਅਵੇੜੇ ਰਾਂਝੇ ਮੱਝੀਆਂ ਚਰਾਈਆਂ ਉਹ ਰਾਂਝੇ ਮੱਝੀਆਂ ਚਰਾਈਆਂ ਡੋਲੀ ਲੈ ਗਏ ਨੇ ਖੇੜ ਵੇ ਲੱਗ ਗਏ ਨੈਣ ਅਵੇੜੇ ਲੱਗ ਗਏ ਨੈਣ ਅਵੇੜੇ ਵੇ ਲੱਗ ਗਏ ਨੈਣ ਅਵੇੜੇ
वे तेरा मेरा है झगड़ा, ओ तेरा मेरा है झगड़ा, अल्लाह अपन बेड़े वे लग गए नैन अवेड़, लग गए नैन अवेड़े वे लग गए नैन अवेड़े। मैडम तुसी की पढ़ाने हो जी? मैं केमिस्ट्री पढ़ानी है। ओके, कितने चिर हो गए पढ़ाउंदे नूं? मैनूं इत्थे फर्स्ट सेशन है मेरा इत्थे। ओके जी, ओके जी, ओके। हां जी, वधिया रे सफर? हां जी, बहुत वधिया। बच्चे शरारती भी हुंदे आ, बच्चे सियाणे भी हुंदे आ, इंटेलिजेंट भी हुंदे आ। हां जी, हां जी। ते थोनूं की लगदा भी एक जवाक नूं किताबी कीड़ा होना चाहिए कि किताबी कीड़े तों हट के थोड़ा नॉटी भी होना चाहिए? नहीं, ऑलराउंडर होना चाहिए। ऑलराउंडर? हां जी। ऑलराउंडर किवें होगा जी? वे शरारतां भी करे? हां जी। ते उहदे ज़हन च गल भी आ जे, पल्ले भी बन्न ले? हां जी। ओके, थोड़ी क्लास मार नहीं खांदा फिर? मार नहीं खांदा जी। और तो बोर भी नहीं हुंदा कोई फिर? हां जी, हां जी। अच्छा, जब तुसी पढ़ाउने हो किन्ने बच्चे दी क्लास हुंदी है जी? मेको 47 और 44 ने। ओके, किन्ने मुंडे हुंदे जी, किन्नीयां कुड़ियां? गर्ल्स ज्यादा नहीं। ओके, ते जिद्दा मान लो 1/3 ने। अच्छा जी, बॉयज? शरारती मुंडे ने गए क्लास? शरारती बहुत ने। हां जी, बट इंटेलिजेंट भी बहुत ने। ओके जी, चलो ओहो जे शरारती मैं जी हुन क्लास। तुसी जमा मेनू पढ़ाउणा? कुछ नहीं हो सकता है जी? ਕਰੇ ਬੈਜ ਆਰਾਮ ਨਾਲ। ਅੱਛਾ ਜੀ। ਹਾਂ ਜੀ, ਡਾਇਗ੍ਰਾਮ ਹੈ ਕਾਦੀ ਸਹੀ ਬੈਜ? ਕਾਰਬਨ ਟੈਟਰਾਕਲੋਰਾਈਡ। ਹਾਂ, ਇਹੀ ਇਹ ਨਾ, ਵੈਸੇ ਮੈਨੂੰ ਡਾਇਗ੍ਰਾਮ ਆਉਂਦੀ ਹੈ ਜੀ, ਨਾ ਔਖਾ ਤਾਂ ਲੈ ਨਹੀਂ ਹੋਇਆ। ਅੱਛਾ, ਵੈਸੇ ਹਾਂ ਜੀ। ਓਕੇ, ਹਾਂ ਜੀ, ਹਾਂ ਜੀ। ਵੈਸੇ ਤਾਂ ਬਹੁਤ ਸ਼ਿਆਰ ਹੈ, ਤੁਹਾਨੂੰ ਕਿਵੇਂ ਪਤਾ ਜੀ? ਰਿਜ਼ਲਟ ਹੀ ਬਹੁਤ ਵਧੀਆ ਹੁੰਦਾ ਹੈ। ਹਾਂ ਜੀ, ਥੈਂਕ ਯੂ। ਮਿਹਨਤ ਹੀ ਨਹੀਂ ਕਰਨੀ ਪੈਂਦੀ ਸਾਨੂੰ ਚੈੱਕ ਕਰਨ ਦੀ। ਹਾਂ ਜੀ, ਹਾਂ ਜੀ, ਬਸ ਅਸੀਂ ਇਹੀ ਸੋਚਿਆ ਵੀ ਟੀਚਰ ਬਹੁਤ ਹੀ ਮਿਹਨਤ ਨਾ ਕਰਨੀ, ਆਪ ਹੀ ਬਸ ਵਧੀਆ ਨੰਬਰ ਲੈ ਕੇ ਪਾਸ ਹੋਈਏ ਛੇਤੀ ਤੋਂ ਛੇਤੀ। ਅੱਛਾ ਜੀ, ਚਲੋ, ਗੋਡ ਬਲੈਸ ਯੂ, ਥੈਂਕ ਯੂ ਜੀ ਮੈਮ, ਵਧੀਆ ਲੱਗੀ ਗੱਲ ਕਰਕੇ। ਆ ਜਾਓ ਜੀ, ਮੂਹਰੇ ਆ ਜਾਓ ਜੀ। ਸਤਿ ਸ਼੍ਰੀ ਅਕਾਲ ਸਰ। ਫੈਨ ਫੋਲੋਇੰਗ ਬਹੁਤ ਹੈ ਜੀ ਤੁਹਾਡੀ ਵੀ? ਇੱਦਾਂ ਹੀ ਹੈ ਸਰ। ਤੇ ਤੁਸੀਂ ਮੰਗੇ ਗਏ ਕਿ ਨਹੀਂ? ਨਹੀਂ, ਹਲੇ ਕੁਆਰਾ ਹੀ। ਅੱਛਾ, ਤਾਂ ਹੀ ਫੈਨ ਫੋਲੋਇੰਗ ਵੱਧ ਹੈ, ਤਾਂ ਹੀ ਜੀਕਾ ਜੁੱਕਾ ਵੱਧ ਆ ਗਈਆਂ। ਠੀਕ ਹੈ, ਠੀਕ ਹੈ, ਠੀਕ ਹੈ। ਹੋਰ ਸ਼ੌਂਕ ਜੀ? ਬਸ ਐਵੇਂ, ਕੋਈ ਸ਼ੌਂਕ ਨਹੀਂ ਹੈਗਾ ਇੰਨਾ ਜ਼ਿਆਦਾ। ਓਕੇ ਜੀ, ਅਤੇ ਸਬਜੈਕਟ ਕਿਹੜਾ ਤੁਹਾਡਾ? ਕਾਮਰਸ। ਕਾਮਰਸ, ਹਾਂਜੀ। ਓਕੇ, ਓਕੇ, ਓਕੇ। ਪਰਿਵਾਰ 'ਚ ਕੌਣ ਕੌਣ ਹੈ ਜੀ? ਪਰਿਵਾਰ 'ਚ ਮੇਰੇ ਮਦਰ ਆ, ਫਾਦਰ ਅਤੇ ਇੱਕ ਛੋਟੀ ਸਿਸਟਰ ਆ। ਓਕੇ ਜੀ, ਓਕੇ ਜੀ, ਓਕੇ। ਬਹੁਤ ਵੱਡੇ ਫੈਨ ਆ ਤੁਹਾਡੇ। ਥੈਂਕ ਯੂ ਸੋ ਮਚ ਜੀ, ਥੈਂਕ ਯੂ ਸੋ ਮਚ। ਸਾਰਾ ਪਰਿਵਾਰ ਦੇ ਦੇ ਸ਼ੋਅ? ਹਾਂਜੀ, ਹਾਂਜੀ, ਟਾਈਮ ਨਾਲ ਮੈਂ ਕਹਿ ਤਾਂ ਰਿਹਾ ਸੀਗਾ, ਟਾਈਮ ਨਾਲ ਰੋਟੀ ਮਿਲ ਜਾਂਦੀ ਹੈ ਜਦੋਂ ਤੁਹਾਡਾ ਸ਼ੋਅ ਆਉਂਦਾ। ਅੱਛਾ ਸਰ, ਜਿੱਦਣ ਬੁੱਧਵਾਰ ਨੂੰ ਸ਼ੋਅ ਹੁੰਦਾ ਤਾਂ ਤੁਹਾਨੂੰ ਟਾਈਮ ਨਾਲ ਰੋਟੀ ਮਿਲ ਜਾਂਦੀ? ਬਿਲਕੁਲ ਸਰ, ਬਿਲਕੁਲ। ਚਲੋ ਵਧੀਆ ਜੀ, ਵਧੀਆ, 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 ਬਹੁਤ ਵਧੀਆ। ਥੈਂਕ ਯੂ ਸੋ ਮਚ ਜੀ, ਥੈਂਕ ਯੂ ਸੋ ਮਚ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਤੁਹਾਡਾ? ਪਰਮਿੰਦਰ ਸਿੰਘ ਜੀ ਮਿਲਣਾ। ਪਰਮਿੰਦਰ ਸਿੰਘ, ਤੁਹਾਡੇ ਸ਼ੌਂਕ ਜੀ? ਬਸ ਸ਼ੌਂਕ ਮਿਊਜ਼ਿਕ ਸੁਣਨਾ। ਓਕੇ ਜੀ, ਗਾ ਵੀ ਲੈਂਦੇ ਹੋ? ਸੁਣਾਓ ਜੀ, ਮੇਰੇ ਕਹਿਣੇ ਦੇ ਸੁਣਾਓ। ਬਿਨਾ ਪੁੱਛੇ ਦਿਲ 'ਚ ਵਸਾਈ ਫਿਰਦਾ ਨੀ ਤੈਨੂੰ ਆਪਣੀ ਜਾਣ ਕੇ, ਬਿਨਾ ਪੁੱਛੇ ਦਿਲ 'ਚ ਵਸਾਈ ਫਿਰਦਾ ਨੀ ਤੈਨੂੰ ਆਪਣੀ ਜਾਣ ਕੇ, ਦੋਸਤਾਂ 'ਚ ਨੰਬਰ ਬਣਾਈ ਫਿਰਦਾ ਨੀ ਤੈਨੂੰ ਆਪਣੀ ਜਾਣ ਕੇ, ਬਿਨਾ ਪੁੱਛੇ ਦਿਲ 'ਚ ਵਸਾਈ ਫਿਰਦਾ ਨੀ ਤੈਨੂੰ ਆਪਣੀ ਜਾਣ ਕੇ, ਜਿੱਦਣ ਦਾ ਨਿੰਮਾ ਜਿਹਾ ਹੱਸ ਗਈ ਮੈਂ ਖੁਸ਼ੀ ਵਿੱਚ ਹੁੱਬਿਆ ਫਿਰਾਂ, ਦੂਰੋਂ ਦੂਰੋਂ ਰਾਹਾਂ ਤੈਨੂੰ ਤੱਕਦਾ ਮੈਂ ਨੇੜੇ ਆ ਕੇ ਗੱਲ ਨਾ ਕਰਾਂ, ਪੱਗ ਚੁੰਨੀ ਨਾਲ ਦੀ ਰੰਗਾਈ ਫਿਰਦਾ ਨੀ ਤੈਨੂੰ ਆਪਣੀ ਜਾਣ ਕੇ, ਬਿਨਾਂ ਪੁੱਛੇ ਦਿਲ 'ਚ ਵਸਾਈ ਫਿਰਦਾ ਨੀ ਤੈਨੂੰ ਆਪਣੀ ਜਾਣ ਕੇ, ਬਿਨਾਂ ਪੁੱਛੇ ਦਿਲ 'ਚ ਵਸਾਈ ਫਿਰਦਾ ਨੀ ਤੈਨੂੰ ਆਪਣੀ ਜਾਣ ਕੇ। ਪਾਣੀ ਛਿਣਕਾ ਤੇ ਪੂਣੀ ਕਰਾਂ ਪੱਗ ਦੀ, ਪਾਣੀ ਛਿਣਕਾ ਤੇ ਪੂਣੀ ਕਰਾਂ ਪੱਗ ਦੀ, ਜਿਸ ਜਿੰਨੀ ਟੋਰ ਅੱਟਦੀ ਆ ਪਾਣੀ ਛਿਣਕਾ, ਕੁੜੀ ਸਾਡਾ ਤੋਂ ਤਵੀਤ ਕਰਾ ਕੇ, ਕੁੜੀ ਸਾਡਾ ਤੋਂ ਤਵੀਤ ਕਰਾ ਕੇ, ਗੱਭਰੂ ਨੂੰ ਫਿਰੇ ਪੱਟਦੀ ਆ ਕੁੜੀ ਸਾਡਾ ਤੋਂ, ਜੀਨਾ ਛੀਨਾ ਵਿੱਚ ਕੁੜੀ ਇਹਨਾਂ ਫੱਪਦੀ, ਜੀਨਾ ਛੀਨਾ ਵਿੱਚ ਕੁੜੀ ਇਹਨਾਂ ਫੱਪਦੀ, ਸੂਟਾਂ 'ਚ ਲੱਗੇ ਸਰਦਾਰਨੀ ਅੱਜ ਉੱਤੇ ਖੜੀ ਤੇ ਮੈਂ ਪੌਣੇ ਅੱਠ ਦਾ।
ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਤੁਹਾਡਾ? ਨੀਸ਼ਾ। ਨੀਸ਼ਾ ਕਿੱਥੋਂ ਬਿਲੋਂਗ ਕਰਦੇ ਹੋ? ਕਰਤਾਰਪੁਰ ਤੋਂ। ਕਰਤਾਰਪੁਰ ਤੋਂ? ਹਾਂਜੀ। ਵਧੀਆ ਚੱਲਦੀ ਹੈ ਪੜ੍ਹਾਈ? ਬਹੁਤ ਵਧੀਆ ਜੀ। ਓਕੇ ਓਕੇ ਓਕੇ। ਸੁਣਾਓ ਜੀ ਫਿਰ ਤੁਹਾਡੇ ਸ਼ੌਂਕ। ਆਹ ਕਿਹੜਾ ਸ਼ੌਂਕ ਹੈ ਜੀ? ਸਿੱਧੇ ਖੜੇ ਹੋ। ਕੋਰਸ ਮੈਂ ਹੋਰ ਵੀ ਬੋਲਣਾ ਕਿਤੇ ਖੰਘ ਲਾ ਰਹੀ। ਹਾਂਜੀ ਹੋਰ ਸੁਣਾਓ। ਵਧੀਆ ਗੀਤ ਤੁਹਾਡਾ ਸੌਂਗ ਜਿਹੜੇ ਵਿੱਚ ਤੁਸੀਂ ਵੀਡੀਓ ਵਿੱਚ ਨਹੀਂ ਸੀਗੇ ਇੱਕ ਵਾਰੀ? ਚਲਦੀਆਂ ਮਿੱਠੀਆਂ ਮਿੱਠੀਆਂ ਵਾਵਾਂ ਜਦੋਂ ਮਲਦਾ ਤੇਰੀਆਂ ਰਾਵਾਂ ਰਸਤੇ ਜੈ ਹੋ ਗਏ ਹੋ ਚੱਲਿਆ ਪੋਰਾ ਨਾ ਥੱਕਿਆ ਮਾਸਾ ਨਾ ਥੱਕਿਆ ਉਹ ਤੂੰ ਨਾ ਛਾਣ ਛਾਣ ਕੇ ਇੱਕ ਵਾਰੀ ਗੱਭਰੂ ਨੂੰ ਵੇਖ ਲਾ ਖੜ ਕੇ ਉਹ ਰਵਿੰਦਰ ਸਿੰਘ ਜੀ। ਹਾਂਜੀ ਰਵਿੰਦਰ ਸਿੰਘ। ਰਵਿੰਦਰ ਸਿੰਘ ਸ਼ੌਂਕ ਜੀ ਭਾਈ ਗੀਤ ਗਾਉਣ ਦਾ ਜੀ। ਆਜੋ 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 ਸੁਣਾਓ। ਉਹ ਅਸੀਂ ਇਸ਼ਕ ਦੇ ਸਾਈਨ ਬੋਰਡ ਤੇ ਵੈਲਕਮ ਲਿਖ ਕੇ ਲਾਇਆ ਨੀ ਫੇਸਬੁੱਕ ਤੇ ਮਿਸ ਯੂ ਬੇਬੀ ਉਹ ਫੇਸਬੁੱਕ ਤੇ ਮਿਸ ਯੂ ਬੇਬੀ ਸਟੇਟਸ ਅੱਜ ਮੈਂ ਪਾਇਆ ਨੀ ਡੋਲੇ ਉੱਤੇ ਤੇਰੇ ਨਾਂ ਦਾ ਉਹ ਡੋਲੇ ਉੱਤੇ ਤੇਰੇ ਨਾਂ ਦਾ ਟੈਟੂ ਮੈਂ ਕਢਵਾਇਆ ਨੀ ਬੁਲਟ ਦੀ ਟੈਂਕੀ ਤੇ ਜਟਿਨ ਲਵ ਲਿਖਵਾਇਆ ਨੀ ਬੁਲਟ ਦੀ ਟੈਂਕੀ ਤੇ ਜਟਿਨ ਲਵ ਲਿਖਵਾਇਆ ਨੀ ਬੁਲਟ ਦੀ ਟੈਂਕੀ ਤੇ ਜਿਹੜੀ ਬੁਲਟ ਦੀ ਟੈਂਕੀ ਤੇ ਜਟਿਨ ਲਵ ਲਿਖਾਇਆ ਜੇ ਆਹ ਹੋਰ ਵੱਧ ਗਿਆ ਨਾ ਇਹ ਟੈਂਕੀ ਲੁਕ ਜਾਣੀ ਆ ਫਿਰ ਤੇਲ ਵੀ ਤੁਸੀਂ ਐਂ ਪਵਾਇਆ ਕਰਨਾ ਕਿੰਨੇ ਦਾ ਪਾ ਦੋ ਜੀ ਬਸ ਥੋੜ੍ਹਾ ਜਿਹਾ ਭੱਜਿਆ ਕਰੋ ਹੈ ਕਿ ਨਹੀਂ ਸੋ ਹੁਣ ਤੁਹਾਨੂੰ ਦਿਖਾਉਂਦੇ ਜੀ ਇਸ ਕਾਲਜ ਦਾ ਸ਼ਾਨਦਾਰ ਗਿੱਧਾ। ਹਾਂਜੀ ਵਾਚਿੰਗ ਕੰਟੀਨਿਊ ਮੰਡੀਰ ਔਰ MH1 ਕੰਟੀਨਿਊ ਮੰਡੀਰ ਦੇ ਇਸ ਯੂਟਿਊਬ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰੋ ਤਾਂ ਕਿ ਅਗਲੇ ਸ਼ੋਅਜ਼ ਦੀ ਜਿਹੜੀ ਨੋਟੀਫਿਕੇਸ਼ਨ ਹੈਗੀ ਹੈ ਉਹ ਤੁਹਾਨੂੰ ਮਿਲਦੀ ਰਹੇ। ਥੈਂਕ ਯੂ ਸੋ ਮਚ।